पग पग पंकज बंदन पग पंकज बंदन सिमरो अंगद दोख निकंदन अमरदास गुर हृदय त्यागो हृदय त्यागो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोविंद सिंह विशाला तरों धरा पर पुन पुन सीसा पुन पुन सीसा बंदों बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग हे कंकारा सतगुरु तेह प्रसाद सच होए वाहे गुरु जी की फतेह विघ्न विनाशन सोए तन तन गरीब नवाज सच्चे पातशाह हाजरा हजूर जहरा जहूर सर्ब कला भरपूर सुख निदान सतगुरु गरीब नवाज सच्चे पातशाह धन 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 सतगुरु श्री गुरु ग्रंथ साहिब जी महाराज धन धन श्री गुरु ग्रंथ साहिब जी महाराज बड़े ही प्यार दे नाल सारी सिख संगत ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਨ ਸਾਧ ਸੰਗਤ ਜੀ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਹਿਮਦਾਬਾਦ ਦੀ ਧਰਤੀ 'ਤੇ ਗਏ ਹਨ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਉਣ ਵਾਲਾ ਸਮਾਂ ਸਾਰਾ ਪਹਿਲਾਂ ਹੀ ਦੱਸਿਆ
ਉਪਰੰਤ ਜੋ ਪ੍ਰਸੰਗ ਵਰਤਾਰਾ ਵਰਤਿਆ ਉਹ ਆਪ ਜੀ ਨੇ ਕੱਲ੍ਹ ਸਰਵਣ ਕੀਤਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਰ ਦੀ ਕੈਦ ਦੇ ਵਿੱਚ ਪਹੁੰਚੇ ਹੈ। ਉੱਥੇ ਜਦੋਂ ਬਾਬਰ ਗਰੀਬ ਨਵਾਜ਼ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਜੀ ਨੇ ਸ਼ਬਦ ਉਚਾਰਿਆ ਜੀ, ਉਹ ਸਾਰਾ ਕੁਝ ਆਪ ਜੀ ਨੇ ਸਰਵਣ ਕੀਤਾ। ਚੱਕੀਆਂ ਆਪੇ ਹੀ ਘੁੰਮਦੀਆਂ ਨੇ ਜਦੋਂ ਮਹਾਰਾਜ ਕੀਰਤਨ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੱਡਾ ਪ੍ਰਤਾਪ ਜਦੋਂ ਬਾਬਰ ਨੇ ਦੇਖਿਆ, ਬਾਬਰ ਜਿਹੜਾ ਸੀ ਉਹ ਹੈਰਾਨ ਹੋ ਗਿਆ। ਮਹਾਰਾਜ ਨੇ ਸ਼ਬਦ ਉਚਾਰਿਆ, ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ, ਗਲ ਵਿੱਚ ਆਵੇ ਧੂਰ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਿਆ, ਬਾਬਰ ਨੂੰ ਇਹਦੇ ਅਰਥ ਦੱਸੇ। ਬਾਬਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁੱਖੋਂ ਇਹ ਸਾਰਾ ਕੁਝ ਸੁਣ ਕੇ ਭੈ ਭੀਤ ਵੀ ਹੋਇਆ ਅਤੇ ਸ਼ਰਧਾ ਵਸ ਵੀ ਹੋ ਗਿਆ ਜੀ। ਇਹਦੇ ਤੋਂ ਅੱਗੇ ਸਾਧ ਸੰਗਤ ਜੀ, ਆਪਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਾ ਬਚਨ ਸੁਣਿਆ। ਬਾਬਰ ਮਹਾਰਾਜ ਜੀ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਕਰਾਮਾਤ ਵਿਖਾਓ, ਗੱਜ ਕੇ ਆਖੋ, ਵਾਹਿਗੁਰੂ ਤੁਸੀਂ ਖੁਦਾ ਦੇ ਪਿਆਰੇ ਹੋ, ਮੈਨੂੰ ਕੋਈ ਕਰਾਮਾਤ ਵਿਖਾਓ। ਜਦੋਂ ਉਹਨੇ ਇਸ ਤਰ੍ਹਾਂ ਆਖਿਆ ਨਾ ਵੀ ਕੋਈ ਕਰਾਮਾਤ ਵਿਖਾਓ, ਮਹਾਰਾਜ ਕਹਿਣ ਲੱਗੇ, ਭਾਈ ਕਰਾਮਾਤ ਵਿਖਾਉਣੀ ਕਹਿਰ ਦਾ ਨਾਮ ਹੈ। ਸੰਗਤ ਜੀ ਇਸ ਗੱਲ ਨੂੰ ਥੋੜ੍ਹਾ ਧਿਆਨ ਨਾਲ ਸਮਝਿਓ। ਇਹ ਨਹੀਂ ਵੀ ਗੁਰੂ ਸਾਹਿਬ ਕੋਲ ਕੁਝ ਹੈ ਨਹੀਂ, ਗੁਰੂ ਸਾਹਿਬ ਜੀ ਦੇ ਨਾਲ ਇਹੋ ਜਿਹੀਆਂ ਬਖਸ਼ਿਸ਼ਾਂ ਬਹੁਤ ਵਰਤਦੀਆਂ ਸਨ ਜੀ, ਤੁਸੀਂ ਸਾਖੀਆਂ ਸੁਣੀਆਂ ਨੇ। ਪਤਾ ਹੀ ਨਹੀਂ ਕਿੰਨੀ ਕੁ ਕਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਹਰ ਰੋਜ਼ ਵਰਤਦੀ ਹੈ। ਮਹਾਰਾਜ ਦੂਜਿਆਂ ਦਾ ਭਲਾ ਕਰਨ ਵਾਸਤੇ ਵਰਤਾਉਂਦੇ ਹੈ, ਜਾਂ ਇਉਂ ਵੀ ਕਹਿ ਸਕਦੇ ਵੀ ਸੁੱਤੇ ਸਿੱਧ ਵੀ ਵਰਤੀ ਜਾਂਦਾ ਸਾਰਾ ਕੁਛ, ਗੱਜ ਕੇ ਆਖੋ, ਵਾਹਿਗੁਰੂ। ਪਰ ਇੱਕ ਗੱਲ ਚੇਤਾ ਰੱਖਿਓ, ਮਹਾਰਾਜ ਸਾਹਿਬ ਜੀ ਨੇ ਵਡਿਆਈ ਵਾਸਤੇ, ਆਪਣੀ ਵਡਿਆਈ ਵਿਖਾਉਣ ਵਾਸਤੇ ਨਹੀਂ ਕੁਝ ਕੀਤਾ। ਜਦੋਂ ਕਿਤੇ ਕਲਾ ਵਿਖਾਈ ਹੈ, ਦੂਜੇ ਦਾ ਭਲਾ ਕਰਨ ਵਾਸਤੇ ਵਿਖਾਈ ਹੈ। ਗੁਰੂ ਨਾਨਕ ਸਾਹਿਬ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈਗਾ ਜੀ। ਸਾਡੇ ਬੰਦੇ ਆਪਣੀ ਬੁੱਧੀ ਦੇ ਨਾਲ ਸੋਚਦੇ ਹੈ, ਇੰਜ ਨਹੀਂ ਹੋ ਸਕਦਾ, ਇੰਜ ਨਹੀਂ ਹੋ ਸਕਦਾ। ਮੈਂ ਸਤਿਗੁਰੂ ਜੀ ਦੀ ਇੱਕ ਪੰਗਤੀ ਕਹਿ ਕੇ ਫਿਰ ਆਪਾਂ ਲੜੀਵਾਰ ਕਥਾ ਸ਼ੁਰੂ ਕਰਨੀ ਹੈ। ਜਦੋਂ ਆਪਾਂ ਮੁੱਖੋਂ ਕਹਿ ਹੀ ਦਿੱਤਾ ਵੀ ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤਸਰ, ਗੁਰੂ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਜੀ। ਕਹਿਣ ਲੱਗੇ ਮੈਂ ਕੀ ਕਹਾਂ ਗੁਰੂ ਦੀ ਮਹਿਮਾ, ਫਿਰ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੱਜ ਕੇ ਆਖੋ, ਵਾਹਿਗੁਰੂ। ਹੁਣ ਇਹਦਾ ਭਾਵ ਸਮਝਿਓ, ਗੁਰੂ ਸਾਹਿਬ ਦੀ ਮਹਿਮਾ ਇੰਨੀ ਵੱਡੀ ਹੈ, ਇੰਨੀ ਵੱਡੀ ਹੈ, ਸਤਿਗੁਰੂ ਦੀ ਮਹਿਮਾ ਮੁੱਖੋਂ ਕਹੀ ਨਹੀਂ ਜਾ ਸਕਦੀ ਜੀ। ਕੋਈ ਕਿੰਨੀ ਕੁ ਕਹਿ ਲਏਗਾ ਜੀ। ਇੱਥੇ ਪਤਾ ਨਹੀਂ ਕਈ ਵਿਸ਼ਾਲ ਸਿੰਘ ਹੋ ਗਏ ਹੈ ਜਿਹੜੇ ਗੁਰੂ ਸਾਹਿਬ ਦੀ ਕਥਾ ਕਰਦੇ ਹੋਣਗੇ, ਪਰ ਪਿਆਰਿਓ ਗੁਰੂ ਦੀ ਕਥਾ ਨਹੀਂ ਮੁੱਕੀ, ਬੰਦੇ ਮੁੱਕ ਗਏ ਹੈ ਜੀ, ਬੰਦੇ ਮੁੱਕ ਗਏ ਹੈ। ਸਤਿਗੁਰੂ ਜੀ ਦੀ ਮਹਿਮਾ ਬਹੁਤ ਵੱਡੀ, ਬਹੁਤ ਵੱਡੀ, ਬਹੁਤ ਵੱਡੀ ਗੁਰੂ ਦੀ ਮਹਿਮਾ ਹੈ। ਅਤੇ ਮਹਾਰਾਜ ਨੇ ਬਾਣੀ 'ਚ ਇੱਥੇ ਗੱਲ ਮੁਕਾਈ ਵੀ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇ, ਸਤਿਗੁਰੂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਹੁਣ ਗੁਰਬਾਣੀ ਕਹਿ ਰਹੀ ਹੈ ਗੁਰੂ ਦੀ ਮਹਿਮਾ ਬੋਲੀ ਨਹੀਂ ਜਾ ਸਕਦੀ ਜੀ। ਕਹੀ ਨਾ ਜਾਣ ਦਾ ਭਾਵ ਕੀ ਹੈ, ਮੁੱਖ ਤੋਂ ਸਤਿਗੁਰੂ ਦੀ ਮਹਿਮਾ ਜਿਹੜੀ ਹੈ ਉਹ ਬੋਲੀ ਨਹੀਂ ਜਾ ਸਕਦੀ ਜੀ। ਜੇ ਬੰਦਾ ਬੋਲਣ ਦਾ ਯਤਨ ਕਰੇ ਕਿੰਨਾ ਕੁ ਬੋਲ ਲਏਗਾ, ਅਖੀਰ ਉਹਨੂੰ ਕਹਿਣਾ ਪਏਗਾ ਵੀ ਮੈਂ ਹਾਰ ਗਿਆ, ਪਰ ਮਹਿਮਾ ਨਹੀਂ ਮੁੱਕਣੀ ਜੀ। ਮਹਾਰਾਜ ਵਿੱਚ ਇਹ ਨਹੀਂ ਹੈ ਵੀ ਕਰਾਮਾਤ ਨਹੀਂ ਵਿਖਾ ਸਕਦੇ, ਚਾਹੁਣ ਤੇ ਸੱਚੇ ਪਾਤਸ਼ਾਹ ਮਹਾਰਾਜ ਬਾਬਰ ਦੇ ਸਾਹਮਣੇ ਧਰਤੀ ਪੁੱਠੀ ਕਰ ਦੇਣ ਜੀ ਸਾਰੀ ਦੀ। ਧੰਨ ਗੁਰੂ ਨਾਨਕ ਸਾਹਿਬ ਵਿੱਚ ਇੰਨੀ ਵੱਡੀ ਤਾਕਤ ਹੈ। ਪਰ ਮਹਾਰਾਜ ਨੇ ਬਾਬਰ ਨੂੰ ਕਿਹਾ, ਬਾਬਰ ਕਰਾਮਾਤ ਵਿਖਾਉਣਾ ਕਹਿਰ ਦਾ ਨਾਮ ਹੈਗਾ ਜੀ। ਗੁਰੂ ਨਾਨਕ ਸਾਹਿਬ ਤੇ ਆਪ ਪਰਮੇਸ਼ਰ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਭਗਤ ਨਾਮਦੇਵ ਸਾਹਿਬ ਜੀ ਦਾ ਜੀਵਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ। ਬਾਦਸ਼ਾਹ ਭਗਤ ਨਾਮਦੇਵ ਜੀ ਤੇ ਜ਼ੋਰ ਲਾ ਲਾ ਕੇ ਹਾਰ ਗਿਆ ਵੀ ਭਗਤ ਨਾਮਦੇਵ ਕੋਈ ਕਰਾਮਾਤ ਵਿਖਾ ਦੇ ਤੈਨੂੰ ਛੱਡ ਦਿਆਂਗਾ।
ਭਗਤ ਨਾਮਦੇਵ ਜੀ ਕਹਿੰਦੇ ਨਾ ਬਾਦਸ਼ਾਹ, ਕਰਾਮਾਤ ਨਹੀਂ ਮੈਂ ਵਿਖਾਉਣੀ, ਕਰਾਮਾਤ ਨਹੀਂ ਵਿਖਾਉਣੀ। ਬਾਦਸ਼ਾਹ ਫਿਰ ਕਹਿੰਦਾ ਹੈ ਮਹਾਰਾਜ, ਭਗਤ ਨਾਮਦੇਵ ਜੀ ਕਹਿੰਦੇ ਨਹੀਂ। ਅਖੀਰ ਜੋ ਜੋ ਕਰਾਮਾਤ ਵਰਤੀ ਭਗਤ ਨਾਮਦੇਵ ਜੀ ਦੇ ਨਾਲ, ਉਹ ਰੱਬ ਨੇ ਵਰਤਾਈ ਜੀ, ਭਗਤ ਨਾਮਦੇਵ ਜੀ ਨੇ ਨਹੀਂ ਵਰਤਾਈ ਜੀ। ਰੱਬ ਨੇ ਆਪ ਵਰਤਾ ਦਿੱਤੀ, ਭਗਤ ਨਾਮਦੇਵ ਜੀ ਨੇ ਨਹੀਂ ਵਰਤਾਈ ਜੀ। ਖੁਦ ਬਾਣੀ ਵਿੱਚ ਸ਼ਬਦ ਦਰਜ ਨੇ, ਆਪਾਂ ਇਸ ਬਾਣੀ ਨੂੰ ਬਾਹਰ ਥੋੜ੍ਹੀ ਉਹ ਕੱਢ ਸਕਦੇ ਹਾਂ। ਖੁਦ ਪਰਮੇਸ਼ਰ ਨੇ ਇਹ ਗੱਲ ਆਖੀ, ਨਾਮਦੇਵ ਜੇ ਤੂੰ ਆਖੇ ਤੇ ਮਰੀ ਹੋਈ ਗਾਂ ਹੁਣੇ ਜਿੰਦੀ ਕਰ ਦੇਣਾ, ਕਹੋ ਤਾਂ ਮੋਈ ਗਊ ਦਿਓ ਜਿਵਾਏ। ਜੇ ਤੂੰ ਆਖੇ ਤੇ ਹੁਣੇ ਜਿੰਦੀ ਕਰ ਦੇਣਾ। ਫਿਰ ਭਗਤ ਨਾਮਦੇਵ ਜੀ ਨੂੰ ਪਰਮੇਸ਼ਰ ਨੇ ਆਖਿਆ, ਨਾਮਦੇਵ ਜੇ ਤੂੰ ਆਖੇ ਤੇ ਧਰਤੀ ਹੁਣੇ ਪੁੱਠੀ ਕਰ ਦੇਣਾ, ਗੱਲ ਕਰ। ਭਗਤ ਨਾਮਦੇਵ ਜੀ ਸ਼ਾਂਤ ਰਹੇ। ਗੁਰੂ ਨਾਨਕ ਸਾਹਿਬ ਨੂੰ ਬਾਬਰ ਕਹਿੰਦਾ ਹੈ ਕਰਾਮਾਤ ਵਿਖਾਓ, ਮਹਾਰਾਜ ਕਹਿੰਦੇ ਨਾ ਭਾਈ। ਭਾਈ ਬਿਕਰਮ ਸਿੰਘ ਸ਼ਬਦ ਪੜ੍ਹ ਰਹੇ ਸਨ, ਮਨ ਮੇਰੇ ਸਤਿਗੁਰ ਕਹਿ ਭਾਣੇ ਚੱਲ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਂਹ ਕੀਤੀ ਹੈ। ਇੱਥੋਂ ਅੱਗੋਂ ਫਿਰ ਕਥਾ ਜਿਹੜੀ ਹੈ ਉਹ ਬੜੇ ਪਿਆਰ ਦੇ ਨਾਲ ਸਰਵਣ ਕਰਨੀ ਹੈ। ਸਾਰੀ ਸੰਗਤ ਜੋੜੋ ਦੋਵੇਂ ਹੱਥ, ਗੱਜ ਕੇ ਆਖੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਬਰ ਕੇਰ ਹੁਤੋ ਬਡਭਾਗਾ, ਸੁਨ ਕੈ ਬਚਨ ਚਰਨ ਅਨੁਰਾਗਾ। ਬਾਬਰ ਨੇ ਜਦੋਂ ਮਹਾਰਾਜ ਜੀ ਦੇ ਮੁਖੋਂ ਬਚਨ ਸੁਣੇ, ਬਾਬਰ ਵੱਡੇ ਭਾਗਾਂ ਵਾਲਾ ਹੋ ਗਿਆ ਜੀ। ਭਾਵ ਬਾਬਰ ਦੇ ਮਨ ਵਿੱਚ ਗੁਰੂ ਜੀ ਦੇ ਪਰਥਾਏ ਸ਼ਰਧਾ ਬਣ ਗਈ ਜੀ, ਸ਼ਰਧਾ ਪੈਦਾ ਹੋ ਗਈ ਵੀ ਇਹ ਕੋਈ ਆਮ ਪੁਰਸ਼ ਨਹੀਂ ਹੈਗੇ। ਹਾਂਜੀ, ਸੁਨ ਕੈ ਚਰਨ ਬਚਨ ਚਰਨ ਅਨੁਰਾਗਾ, ਸੁਣ ਕੇ ਬਾਬਰ ਦਾ ਜਿਹੜਾ ਮਨ ਹੈ ਨਾ, ਉਹ ਮਹਾਰਾਜ ਦੇ ਚਰਨਾਂ ਦੇ ਪ੍ਰੇਮ ਪੈਦਾ ਹੋ ਗਿਆ ਉਹਦੇ ਮਨ ਵਿੱਚ ਜੀ। ਹਾਂਜੀ, ਪ੍ਰੇਮ ਖੁਦਾਏ ਮਗਨ ਮਨ ਜਾਨੀ, ਬਾਬਰ ਨੇ ਸਮਝਿਆ ਇਹ ਮਹਾਂਪੁਰਖ ਆਮ ਨਹੀਂ ਹੈਗੇ, ਇਹ ਤੇ ਰੱਬ ਦੇ ਖੁਦਾ ਦੇ ਪ੍ਰੇਮ ਵਿੱਚ ਲੀਨ ਨੇ, ਖੁਦਾ ਦੇ ਪ੍ਰੇਮ ਵਿੱਚ ਲੀਨ ਨੇ। ਮੈਂ ਆਖਾਂ ਮੇਰੀ ਮਰਜ਼ੀ ਅਨੁਸਾਰ ਚੱਲਣ, ਇੰਜ ਨਹੀਂ ਹੋਣਾ। ਹਾਂਜੀ, ਯਾਂ ਤੇ ਭੇਟ ਭਾਗ ਕੀ ਆਨੀ, ਇਸ ਕਰਕੇ ਉਹਨੇ ਸਤਿਗੁਰੂ ਦੇ ਅੱਗੇ ਭੰਗ ਰੱਖੀ ਜੀ। ਗੱਜ ਕੇ ਆਖੋ ਵਾਹਿਗੁਰੂ, ਜਾਂ ਉਹ ਵੀ ਕਹੀਏ ਵੀ ਪਰਖਣਾ ਵੀ ਚਾਹੁੰਦਾ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਭੰਗ ਭੇਟਾ ਵਜੋਂ ਰੱਖੀ ਜੀ। ਹਾਂਜੀ, ਬੇਪਰਵਾਹ ਲਖੇ ਦਰਵੇਸ਼ਾ, ਗੁਰੂ ਜੀ ਬੇਪਰਵਾਹ ਦਰਵੇਸ਼ ਹਨ। ਬਾਬਰ ਆਪਣੇ ਮਨ ਵਿੱਚ ਸੋਚਦਾ ਹੈ ਵੀ ਇਹ ਤੇ ਬੇਪਰਵਾਹ ਨੇ, ਸੰਤ ਨੇ। ਹਾਂਜੀ, ਦਰਬ ਲੋਭ ਜਿਨਕੇ ਨਹਿਲੇਸ਼ਾ, ਜਿਨ੍ਹਾਂ ਦੇ ਅੰਦਰ ਮਾਇਆ ਦਾ ਰੱਤੀ ਭਰ ਵੀ ਲੋਭ ਨਹੀਂ ਹੈਗਾ, ਰੱਤੀ ਭਰ ਵੀ ਲੋਭ ਨਹੀਂ ਹੈਗਾ, ਉਹਨੇ ਮਾਇਆ ਚੜ੍ਹਾਈ ਮਾਰਿਆ ਸੱਚੇ ਪਾਤਸ਼ਾਹ ਨੂੰ, ਅਤੇ ਗੁਰੂ ਸਾਹਿਬ ਨੇ ਧਿਆਨ ਹੀ ਨਹੀਂ ਪਾਇਆ ਜੀ ਉਹਦੇ ਪਾਸੇ ਜੀ। ਬਾਬਰ ਨੇ ਸਾਰੀ ਗੱਲ ਨੋਟ ਕੀਤੀ ਜੀ। ਇਹ ਜਿਹੜੇ ਬਾਦਸ਼ਾਹ ਲੋਕ ਹੁੰਦੇ ਬੜੇ ਸਿਆਣੇ ਹੁੰਦੇ ਆ, ਗੱਲਾਂ ਬੜੀਆਂ ਨੋਟ ਕਰਦੇ ਆ ਜੀ। ਹਾਂਜੀ, ਧਰੀ ਗੁਰੂ ਕੇ ਜਬ ਹੈ ਅਗਾਰੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਉਹਨੇ ਭੰਗ ਰੱਖੀ ਜੀ। ਹਾਂਜੀ, ਤੇਹੇ ਬਿਲੋਕ ਕੈ ਗਿਰਾ ਉਚਾਰੀ, ਧੰਨ ਗੁਰੂ ਨਾਨਕ ਸਾਹਿਬ ਨੇ ਵੇਖਿਆ ਬਾਬਰ ਨੇ ਭੰਗ ਭੇਟਾ ਕੀਤੀ ਹੈ ਪੀਣ ਵਾਸਤੇ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਹ ਬਚਨ ਕਹੇ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਤਿਲੰਗ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਭਾਉ ਤੇਰਾ ਭਾਂਗ, ਖੱਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਗੱਜ ਕੇ ਆਖੋ, ਇਹ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ, ਸਿੱਧਾ ਪਰਮੇਸ਼ਰ ਨੂੰ ਮੁਖਾਤਬ ਹੋ ਕੇ, ਭਾਉ ਤੇਰਾ ਭਾਂਗ, ਖੱਲੜੀ ਮੇਰਾ ਚੀਤ। ਭੰਗ ਪੀਂਦੇ ਹੈ, ਮਨ ਸਰੂਰ ਵਿੱਚ ਰਹੇ, ਸਰੀਰ ਥੱਕੇ ਨਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਹੇ ਵਾਹਿਗੁਰੂ, ਤੇਰਾ ਡਰ ਹੀ ਮੇਰੇ ਵਾਸਤੇ ਭੰਗ ਦੀ ਨਹੀਂ ਆਈ ਹੈ, ਰੱਬ ਤੋਂ ਡਰ ਕੇ ਰਹਿਣਾ। ਸੱਚੀ ਗੱਲ 'ਚ ਸੰਗਤ ਜੀ,
ਇੱਥੇ ਬੋਲਣ ਵਾਲੇ ਵੀ ਖਾਲੀ ਹੋਏ ਪਿਆ ਜੇ, ਪਰ ਕੋਈ ਵਿਰਲਾ ਹੀ ਹੈ ਜਿਹੜਾ ਨਰੋਲ ਵਾਹਿਗੁਰੂ ਤੋਂ ਡਰਦਾ ਹੋਏਗਾ ਜੀ। ਹਾਂਜੀ, ਬੰਦਿਆਂ ਤੋਂ ਡਰਨਾ ਸੌਖਾ ਜੇ ਪਿਆਰਿਓ, ਰੱਬ ਤੋਂ ਡਰਨਾ ਬੜਾ ਔਖਾ ਹੈਗਾ ਜੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਆਠ ਪਹਿਰ ਪ੍ਰਭ ਬਸਹਿ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਜਿਹੜੇ ਅੱਠੇ ਪੈਰ ਉਹਦੀ ਹਜ਼ੂਰੀ 'ਚ ਰਹਿੰਦੇ, ਉਹਦੇ ਤੋਂ ਡਰ ਕੇ ਰਹਿੰਦੇ ਹੈ। ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਤੇਰਾ ਡਰ ਹੀ ਮੇਰੇ ਵਾਸਤੇ ਭੰਗ ਦੀ ਨਿਆਈ ਹੈ। ਮੇਰਾ ਮਨ ਭੰਗ ਨੂੰ ਸੰਭਾਲਣ ਵਾਸਤੇ ਮਾਨੋ ਚਮੜੇ ਦੀ ਗੁਥਲੀ ਹੈ। ਹਾਂਜੀ, ਉਹ ਭੰਗ ਨੂੰ ਸੰਭਾਲਿਆ ਵੀ ਜਾਂਦਾ, ਬਰਤਨ 'ਚ ਪਾਇਆ ਜਾਂਦਾ। ਕਹਿੰਦੇ ਉਹ ਜਿਹੜਾ ਤੇਰਾ ਡਰ ਹੈ, ਉਹ ਮੇਰੇ ਮਨ ਰੂਪੀ ਬਰਤਨ 'ਚ ਰਹਿੰਦਾ ਕਹਿੰਦੇ। ਹਾਂਜੀ, ਕਰ ਕਾਸਾ ਦਰਸ਼ਨ ਕੀ ਭੁੱਖ, ਇਸ ਨਸ਼ੇ ਵਿੱਚ ਹੀ ਮੈਂ ਸਦਾ ਕਹਿਣ ਲੱਗੇ ਦੀਵਾਨਾ ਰਹਿਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਮੈਂ ਦੀਵਾਨਾ ਭਇਆ ਅਤੀਤ, ਦੀਵਾਨਾ ਹੋ ਗਿਆ, ਬੈਰਾਗੀ ਹੋ ਗਿਆ ਤੇਰੇ ਡਰ ਦੀ ਭੰਗ ਛੱਕ ਕੇ। ਗੱਲ ਕੀ ਹੈ, ਮਨ ਵਾਹਿਗੁਰੂ ਤੋਂ ਡਰੇ। ਤੇ ਸੰਗਤ ਜੀ, ਮੈਂ ਇੱਕ ਬੋਲ ਕਹਿ ਕੇ ਅੱਗੇ ਚੱਲਾਂਗਾ। ਇੱਕ ਗੱਲ ਪੱਕੀ ਹੈ, ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਹ ਗੱਲ ਲਿਖਦੇ ਆ। ਉਹ ਕਹਿੰਦੇ, ਭਾਈ ਜਿਹੜਾ ਸਿਮਰਨ ਕਰਨ ਲੱਗ ਪੈਂਦਾ, ਵਾਹਿਗੁਰੂ 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 ਪ੍ਰੇਮ ਨਾਲ ਜਪਦਾ ਹੈ, ਕਹਿਣ ਲੱਗੇ ਉਹਦਾ ਮਨ ਜਿਹੜਾ ਹੈ ਨਾ, ਉਹ ਪਾਪ ਕਰਨ ਤੋਂ ਗੁਰੇਜ਼ ਕਰਨ ਲੱਗ ਪੈਂਦਾ ਹੈ ਜੀ। ਰੱਬ ਦੀ ਹੋਂਦ ਮਹਿਸੂਸ ਹੋਣ ਲੱਗ ਪੈਂਦੀ ਹੈ, ਗਲਤ ਕੰਮ ਕਰਨ ਨੂੰ ਜੀ ਨਹੀਂ ਕਰਦਾ, ਮਨ ਵਾਹਿਗੁਰੂ ਤੋਂ ਡਰਨ ਲੱਗ ਪੈਂਦਾ ਹੈ। ਅਤੇ ਇਸ ਤਰੀਕੇ ਨਾਲ ਭੈ ਰੱਖਦਾ ਬੰਦਾ ਪਿਆਰਿਓ, ਉਸ ਰੱਬ ਦੇ ਪਿਆਰ ਵਿੱਚ ਇੱਕ ਦਿਨ ਦੀਵਾਨਾ ਹੋ ਜਾਂਦਾ ਹੈ। ਕਰ ਕਾਸਾ ਦਰਸ਼ਨ ਕੀ ਭੁੱਖ, ਅੱਗੇ ਪੜ੍ਹਦੇ। ਮੈਂ ਦਰ ਮੰਗੋ ਨੀਤਾ ਨੀਤ, ਕਹਿਣ ਲੱਗੇ ਹੱਥ 'ਚ ਕਾਸਾ ਲੈ ਕੇ ਹੋਰ ਮੰਗਦੇ ਹੈ। ਮਹਾਰਾਜ ਕਹਿਣ ਲੱਗੇ, ਮੇਰੇ ਹੱਥ 'ਚ ਕਾਸਾ ਹੈ, ਬਰਤਨ ਹੈ, ਪਰ ਮੈਨੂੰ ਬਾਹਰੀ ਰੂਪ 'ਚ ਕੋਈ ਪਦਾਰਥ ਨਹੀਂ ਚਾਹੀਦਾ। ਹੇ ਵਾਹਿਗੁਰੂ, ਜੇ ਮੈਨੂੰ ਭੁੱਖ ਹੈ ਤਾਂ ਤੇਰੇ ਦਰਸ਼ਨਾਂ ਦੀ ਹੈ। ਹੇ ਰੱਬ ਜੀ, ਮੈਨੂੰ ਤੁਹਾਡੇ ਦਰਸ਼ਨ ਹੋ ਜਾਣ। ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ ਨਾ, ਦਰਸ ਤੇਰੇ ਕੀ ਪਿਆਸ ਮਨ ਲੱਗੀ, ਮੈਂ ਦਰ ਮੰਗੋ ਨੀਤਾ ਨੀਤ, ਮੈਂ ਤੇਰੇ ਦਰਸ਼ਨ ਨੂੰ ਹੀ ਰੋਜ਼ ਮੰਗਦਾ। ਹਾਂਜੀ, ਤਉ ਦਰਸ਼ਨ ਕੀ ਕਰੋ ਸਮਾਏ, ਹਾਂਜੀ, ਮੈਂ ਦਰ ਮੰਗਤ ਭੀਖਿਆ ਪਾਏ। ਕਰਕੇ ਆਖੋ, ਤਉ ਦਰਸ਼ਨ ਕੀ ਕਰੋ ਸਮਾਏ, ਮੇਰੀ ਇੱਕੋ ਹੀ ਆਵਾਜ਼ ਹੈ, ਮੈਂ ਇੱਕੋ ਆਵਾਜ਼ ਦਿੰਦਾ ਕਿ ਹੇ ਵਾਹਿਗੁਰੂ ਕਿਰਪਾ ਕਰ, ਮੈਨੂੰ ਦਰਸ਼ਨ ਦੇ ਦੇ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਸਾਧ ਸੰਗਤ ਦੀ ਕੋਈ ਰਸਨਾ ਵਾਂਝੀ ਨਾ ਰਹੇ, ਨਾਲ ਬੋਲ ਪਿਓ। ਉਹਦਾ ਕਾਰਨ ਹੋ ਸਕਦਾ ਪੰਗਤੀ ਪੜ੍ਹਦਿਆਂ ਸਾਡੇ ਮਨ ਨੂੰ ਵੀ ਦਰਸ਼ਨਾਂ ਦੀ ਪਿਆਸ ਲੱਗ ਹੀ ਜਾਵੇ ਜੀ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਮਹਾਰਾਜ ਕਹਿਣ ਲੱਗੇ, ਹੇ ਵਾਹਿਗੁਰੂ, ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ, ਰੋਜ਼ ਤੇਰੇ ਦਰਸ਼ਨ ਮੰਗਦਾ, ਇਹੋ ਹੀ ਭੀਖ ਮੰਗਦਾ, ਹੇ ਵਾਹਿਗੁਰੂ ਮੈਨੂੰ ਆਪਣੇ ਦਰਸ਼ਨ ਦੇ ਦੇ। ਵੇਖੋ, ਬਾਬਰ ਸਾਹਮਣੇ ਹੈ, ਪਰ ਬਾਬਰ ਦੇ ਸਾਹਮਣੇ ਬਾਰੀ ਕੋਈ ਗੱਲ ਨਹੀਂ, ਸੱਚੇ ਪਾਤਸ਼ਾਹ ਮਹਾਰਾਜ ਸਿੱਧੀ ਰੱਬ ਨਾਲ ਹੀ ਗੱਲ ਕਰ ਰਹੇ ਹੈ। ਹਾਂਜੀ, ਰਹਾਉ ਕੇਸਰ ਕੁਸਮ ਮਿਰਗ ਮੈਂ ਹਰਨਾ, ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਇਨੇਹੀ, ਸਰਬੇ ਪਰਮਲ ਕਰਨਾ। ਮਹਾਰਾਜ ਗਰੀਬ ਨਵਾਜ ਪ੍ਰਮਾਣ ਦਿੰਦੇ, ਕੇਸਰ ਫੁੱਲ, ਹਿਰਨ ਦੀ ਕਸਤੂਰੀ, ਸੋਨਾ, ਇਹ ਸਾਰਾ ਕੁਝ
ਕਹਿਣ ਲੱਗੇ ਸਰੀਰ ਦੇ ਉੱਤੇ ਸਵਾਰ ਹੁੰਦਾ, ਦੇਹਾਂ ਉੱਤੇ ਸਵਾਰ ਕਰਦਾ ਬੰਦਾ। ਫਿਰ ਕਹਿਣ ਲੱਗੇ ਚੰਦਨ ਦੀ ਤਰ੍ਹਾਂ ਪ੍ਰਭੂ ਦੇ ਭਗਤ ਜਿਹੜੇ ਆ ਉਹ ਉੱਜਲ ਖੁਸ਼ਬੂ ਦੀ ਤਰ੍ਹਾਂ ਹਨ। ਕਹਿਣ ਲੱਗੇ ਉਹ ਸਦਾ ਹੀ ਪਰਮੇਸ਼ਰ ਦੀ ਜਿਹੜੀ ਸੁਗੰਧੀ ਹੈ ਨਾ, ਉਹ ਰੱਬ ਦੇ ਪਿਆਰਿਆਂ ਨੂੰ ਆਨੰਦ 'ਚ ਰੱਖਦੀ ਹੈ। ਜਿਵੇਂ ਹਿਰਣ ਦੇ ਵਿੱਚ ਹੀ ਕਸਤੂਰੀ ਹੁੰਦੀ ਹੈ, ਉਹਨੂੰ ਮੁਗਧ ਰੱਖਦੀ ਹੈ। ਕਹਿਣ ਲੱਗੇ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਹੈ, ਮੈਨੂੰ ਉਹ ਮੁਗਧ ਰੱਖਦੀ ਹੈ। ਹਾਂਜੀ, ਕੀ ਹੈ ਪੱਟ ਭਾਂਡਾ ਕਹੇ ਨਾ ਕੋਈ, ਐਸਾ ਭਗਤ ਵਰਨ ਮਹਿ ਹੋਏ। ਪੱਟ ਭਾਂਡਾ ਕਹੇ ਨਾ ਕੋਈ, ਐਸਾ ਭਗਤ ਵਰਨ ਮਹਿ ਹੋਏ। ਗੱਜ ਕੇ ਆਖੋ ਵਾਹਿਗੁਰੂ। ਕੋਈ ਵੀ ਘਿਓ ਰੇਸ਼ਮ ਨੂੰ ਕਹਿਣ ਲੱਗੇ ਕੁਲੰਕਿਤ ਨਹੀਂ ਕਰ ਸਕਦਾ। ਇਸੇ ਤਰ੍ਹਾਂ ਕਹਿਣ ਲੱਗੇ ਭਾਵੇਂ ਕਿਸੇ ਵੀ ਵਰਨ ਦਾ ਹੋਵੇ, ਭਗਤ ਅਜਿਹੇ ਹੀ ਹੁੰਦੇ ਹਨ। ਜਿਵੇਂ ਸਾਧ ਸੰਗਤ ਜੀ ਘੇ ਪੱਟ ਭਾਂਡਾ ਕਹੇ ਨਾ ਕੋਈ, ਗੱਜ ਕੇ ਆਖੋ ਵਾਹਿਗੁਰੂ। ਕੋਈ ਵੀ ਘਿਓ ਅਤੇ ਰੇਸ਼ਮ ਨੂੰ ਕਲੰਕਿਤ ਨਹੀਂ ਕਰ ਸਕਦਾ। ਇਸੇ ਤਰ੍ਹਾਂ ਕੋਈ ਵੀ ਮਨੁੱਖ, ਕੋਈ ਵੀ ਨਸ਼ਾ ਹੇ ਵਾਹਿਗੁਰੂ ਤੇਰੇ ਰੱਬ ਦੇ ਭਗਤਾਂ ਦੇ ਉੱਤੇ ਅਸਰ ਨਹੀਂ ਪਾ ਸਕਦਾ, ਹੇ ਵਾਹਿਗੁਰੂ ਤੇਰੇ ਭਗਤਾਂ ਦੇ। ਹਾਂਜੀ, ਤੇਰੇ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਕਹਿਣ ਲੱਗੇ ਮੈਂ ਸਦਾ ਹੀ ਤੇਰੇ ਨਾਮ ਨੂੰ ਨਮਸਕਾਰ ਕਰਦਾ, ਤੇਰੇ ਅੱਗੇ ਨਾਮ ਦੀ ਭਿਖਿਆ ਮੰਗਦਾ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ। ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਬਾਬਰ ਦੇ ਸਾਹਮਣੇ ਉਚਾਰਿਆ ਜੀ। ਹਾਂਜੀ, ਦੋਹਰਾ ਇਸ ਬਿਦ ਸੁਨ ਬਾਬਰ ਤਬ ਬੰਧਨ ਕੀਏ ਕਰ ਬੰਦ। ਗੱਜ ਕੇ ਆਖੋ। ਜਦੋਂ ਮਹਾਰਾਜ ਦੇ ਮੁੱਖੋਂ ਸ਼ਬਦ ਸੁਣਿਆ ਨਾ ਵੀ ਉਹ ਤੇ ਭੰਗ ਭੇਟਾ ਕਰਦਾ, ਤੇ ਮਹਾਰਾਜ ਕਹਿੰਦੇ ਵਾਹਿਗੁਰੂ ਤੇਰਾ ਡਰ ਹੀ ਮੇਰੇ ਵਾਸਤੇ ਭੰਗ ਹੈ। ਸਾਧ ਸੰਗਤ ਜੀ ਜਦੋਂ ਇਹ ਸ਼ਬਦ ਸੁਣਿਆ, ਬਾਬਰ ਦਾ ਮਨ ਹੋਰ ਨੀਵਾਂ ਹੋ ਗਿਆ ਜੀ। ਉਹਨੇ ਮਹਾਰਾਜ ਗਰੀਬ ਨਵਾਜ ਜੀ ਨੂੰ ਨਮਸਕਾਰ ਕੀਤੀ, ਆਪਾਂ ਵੀ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਬੋਲਿਓ ਦੀਨ ਵਿਸਾਲ ਹੋਇ ਅਵਲੋਕਤ ਸੁਖ ਕੰਦ। ਉਹ ਨਾਲੇ ਤੇ ਮਹਾਰਾਜ ਦੇ ਦਰਸ਼ਨ ਕਰੇ ਜੀ ਬਾਬਰ, ਤੇ ਨਾਲੇ ਬੜੀ ਨਿਮਰਤਾ ਦੇ ਵਿੱਚ ਨਾ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰਨ ਲੱਗਾ। ਚੌਪਈ ਮੈਂ ਜਾਣੇ ਅਬ ਨਿਸ਼ਚੇ ਚਕਰਕੈ, ਤੁਮ ਖੁਦਾਏ ਵਿਚਰਤ ਤਨ ਧਰਕੈ। ਬਾਬਰ ਹਜੂਰ ਮਹਾਰਾਜ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਨੂੰ ਭਰੋਸਾ ਹੋ ਗਿਆ ਹੈ, ਤੁਸੀਂ ਮਨੁੱਖ ਨਹੀਂ ਹੋ, ਮਨੁੱਖ ਦੇ ਰੂਪ ਚ ਆਪ ਖੁਦਾ ਹੀ ਹੋ। ਕਹਿਣ ਲੱਗਾ ਵੇਖ ਲਓ ਦੂਜਿਆਂ ਤੇ ਜ਼ੁਲਮ ਕਰਨ ਵਾਲਾ ਮਹਾਰਾਜ ਅੱਗੇ ਕਿਵੇਂ ਹੱਥ ਜੋੜਦਾ ਜੀ। ਦੀਜੈ ਬਾਰ ਮੋਕੋ ਅਬ ਐਸੇ, ਜਗ ਪਾਤਸ਼ਾਹ ਹੋਵੋ ਮੈਂ ਜੈਸੇ। ਹੁਣ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਮੈਨੂੰ ਵਰ ਦਿਓ, ਆਸੇ ਪਾਸੇ ਸਾਰੇ ਜਗਤ ਦਾ ਹੀ ਮੈਂ ਪਾਤਸ਼ਾਹ ਬਣ ਜਾ, ਮੈਂ ਮਾਲਕ ਬਣ ਜਾ। ਹਾਂਜੀ, ਕੁਰਸੀ ਅਪਰ ਬਕੁਰਸੀ ਤਾਈ, ਭੋਗੈ ਪਾਤਸ਼ਾਹੀ ਸੁਖ ਪਾਈ। ਤੇ ਜਿਵੇਂ ਆਪਾਂ ਕਰਦੇ ਹਾਂ, ਹਾਂਜੀ, ਆਪਣੀਆਂ ਪੁਸ਼ਤਾਂ ਦਾ ਵੀ ਸੋਚਦੇ ਹਾਂ, ਬਾਬਰ ਨੇ ਵੀ ਆਪਣੀਆਂ ਪੀੜ੍ਹੀਆਂ ਦਾ ਸੋਚਿਆ। ਕੁਰਸੀ ਅਪਰ ਬਕੁਰਸੀ ਤਾਈ, ਮਹਾਰਾਜ ਮੈਂ ਹੀ ਨਾ ਇਕੱਲਾ ਬਾਦਸ਼ਾਹੀ ਭੋਗਾਂ, ਮਹਾਰਾਜ ਮੇਰੀ ਕੁੱਲ ਵੀ ਭੋਗੇ। ਹਾਂਜੀ, ਚਾਰ ਪਦਾਰਥ ਤੁਮ ਕਰ ਮਾਹੀ, ਦੇਵੋ ਆਪ ਦੇਰ ਕੁਛ ਨਾਹੀ। ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਬਰ ਪਤਾ ਗੁਰੂ ਨਾਨਕ ਸਾਹਿਬ ਨੂੰ ਕੀ ਕਹਿੰਦਾ ਹੈ, ਕਹਿੰਦਾ ਹੇ ਮਹਾਰਾਜ ਤੁਹਾਡੇ ਕਰ ਕਮਲਾਂ ਦੇ ਵਿੱਚ ਚਾਰ ਪਦਾਰਥ ਹਨ, ਧਰਮ ਅਰਥ ਕਾਮ ਤੇ ਮੋਕਸ਼, ਜਿਹਨੂੰ ਚਾਹੋ ਮਹਾਰਾਜ ਤੁਸੀਂ ਪਦਾਰਥ ਦੇ ਸਕਦੇ, ਤੇ ਤੁਸੀਂ ਦਾਤੇ ਹੋ ਇਸ ਕਰਕੇ ਜਿਹਨੂੰ ਜੋ ਚਾਹੋ ਦੇ ਸਕਦੇ ਹੋ। ਹਾਂਜੀ, ਮਹਾਂਪੁਰਖ ਹੋਏ ਅਧਿਕ ਉਦਾਰਾ, ਕਰੈ ਰੰਕ ਤੇ ਅਤ ਸਿਰਦਾਰਾ। ਹੁਣ ਉਹ ਸਿਆਸੀ ਵੀ ਹੈ, ਮਹਾਰਾਜ ਗਰੀਬ ਨਵਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਜਿਹੜੇ ਮਹਾਂਪੁਰਖ ਹੁੰਦੇ ਬੜੇ ਕਿਰਪਾਲੂ ਹੁੰਦੇ ਹੈ, ਗਰੀਬ ਜੇ ਬੰਦੇ ਨੂੰ ਇੱਕ ਖਿੰਨ ਵਿੱਚ
ਪਾਤਸ਼ਾਹ ਬਣਾ ਦਿੰਦੇ ਹੈ। ਅਤੇ ਸਾਖੀ ਤੁਸੀਂ ਗੁਰੂ ਨਾਨਕ ਸਾਹਿਬ ਦੀ ਸੰਗਤ ਜੀ ਸੁਣੀ ਹੈ, ਉਹ ਜਿਸ ਬੱਚੇ ਨੇ ਹੌਲਾਂ ਭੁੰਨ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਛਕਾਈਆਂ ਸਨ ਜੀ। ਹਾਂਜੀ, ਅਤੇ ਆਪਣੇ ਘਰੋਂ ਭੋਜਨ ਬਣਵਾਉਣ ਵਾਸਤੇ ਚੱਲਾ, ਮਹਾਰਾਜ ਕਹਿੰਦੇ ਨਾ, ਆਓ ਬੈਠ ਸੁਲਤਾਨ, ਕਿੱਥੇ ਚੱਲਾਂ। ਮੁੱਖੋਂ ਸੁਲਤਾਨ ਹੀ ਆਖਿਆ ਅਤੇ ਗੁਰੂ ਨਾਨਕ ਸਾਹਿਬ ਨੇ ਉਸ ਬੱਚੇ ਨੂੰ ਸੁਲਤਾਨ ਹੀ ਬਣਾ ਦਿੱਤਾ ਜੀ। ਫਿਰ ਜੀ ਉਹ ਕਿਵੇਂ ਬਣਿਆ, ਉਹ ਤੁਸੀਂ ਸੁਣੀ ਸਾਰੀ ਗੱਲ ਜੀ। ਸਾਖੀ ਸੁਣੀ ਕਿਵੇਂ ਉੱਥੋਂ ਦਾ ਬਾਦਸ਼ਾਹ ਦਾ ਬੱਚਾ ਨਹੀਂ ਸੀ ਹੈਗਾ, ਉਹਨੇ ਕਿਵੇਂ ਉਹਨਾਂ ਦੇ ਵਜ਼ੀਰਾਂ ਨੇ ਪ੍ਰਣ ਕੀਤਾ, ਜਿਹੜਾ ਆਏਗਾ ਉਹਨੂੰ ਮੁਖੀ ਬਣਾਵਾਂਗੇ ਪਹਿਲੇ ਨੰਬਰ 'ਤੇ। ਉਹ ਬੱਚਾ ਪਹਿਲੇ ਨੰਬਰ 'ਤੇ ਆ ਗਿਆ, ਉਹਨੂੰ ਮੁਖੀ ਬਣਾ ਦਿੱਤਾ ਜੀ। ਸੋ ਇਸ ਕਰਕੇ ਗੱਲ ਤਾਂ ਸੱਚੀ ਕਰ ਰਿਹਾ ਬਾਬਰ, ਕਹਿੰਦਾ ਮਹਾਰਾਜ ਤੁਹਾਡੇ ਵਿੱਚ ਤਾਕਤ ਹੈਗੀ ਹੈ, ਤੁਸੀਂ ਗਰੀਬ ਅਤੇ ਆਮ ਜਿਹੇ ਬੰਦੇ ਨੂੰ ਵੀ ਇੱਕ ਖਿਨ ਵਿੱਚ ਪਾਤਸ਼ਾਹ ਬਣਾ ਸਕਦੇ ਹੋ। ਖਿਨ ਮਹਿ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਸ। ਹਾਂ, ਨਿਰਪਤੇ ਰੰਕ ਬਣਾਵੇ ਤੂਰਨ, ਤੁਸੀਂ ਆਮ ਰਾਜੇ ਨੂੰ, ਵਾਹਿਗੁਰੂ ਰਾਜੇ ਨੂੰ ਤੁਸੀਂ ਜੇ ਚਾਹੋ ਤਾਂ ਇੱਕ ਖਿਨ ਵਿੱਚ ਰੰਕ ਭਾਵ ਗਰੀਬ ਵੀ ਬਣਾ ਸਕਦੇ ਹੋ। ਨੀਵਿਆਂ ਨੂੰ ਉੱਚੇ ਕਰ ਦਿੰਦੇ ਹੋ ਤੇ ਉੱਚਿਆਂ ਨੂੰ ਨੀਵੇਂ ਕਰ ਦਿੰਦੇ ਹੋ। ਹਾਂਜੀ, ਇਸ ਪ੍ਰਕਾਰ ਕੇ ਤੁਮ ਪ੍ਰਭ ਪੂਰਨ। ਹੇ ਮਹਾਰਾਜ, ਤੁਸੀਂ ਇਸ ਤਰੀਕੇ ਨਾਲ ਪੂਰਨ ਹੋ, ਖੁਦਾ ਦਾ ਸਰੂਪ ਹੋ, ਕਿਰਪਾ ਕਰੋ, ਮੇਰੇ 'ਤੇ ਬਖਸ਼ਿਸ਼ ਕਰੋ। ਸੰਗਤ ਜੀ, ਇੱਕ ਗੱਲ ਪੱਕੀ ਚੇਤਾ ਰੱਖਿਓ, ਕੁਝ ਗੱਲਾਂ ਬੰਦਾ ਕਿਹੋ ਜਿਹਾ ਵੀ ਹੋਵੇ ਗੁਣ ਲੈਣਾ ਚਾਹੀਦਾ ਹੈ। ਬਾਬਰ ਕੋਲੋਂ ਹੀ ਕੋਈ ਗੁਣ ਲੈ ਲਓ, ਜਦੋਂ ਕੋਈ ਰੱਬ ਦਾ ਪਿਆਰਾ ਆਵੇ ਨਿਮਰਤਾ ਦੇ ਵਿੱਚ ਉਹਦੇ ਅੱਗੇ ਆ ਕੇ ਬੰਦਾ ਕਈ ਕੁਝ ਪ੍ਰਾਪਤ ਕਰ ਸਕਦਾ ਹੈ। ਹਾਂਜੀ, ਜੇ ਪ੍ਰਸੰਨਤਾ ਰਾਵਰ ਕੇਰੀ ਪੂਰਨ ਚਹੋ ਕਾਮਨਾ ਮੇਰੀ। ਹੇ ਮਹਾਰਾਜ, ਜੇ ਤੁਸੀਂ ਮੇਰੇ 'ਤੇ ਪ੍ਰਸੰਨ ਹੋ ਤੇ ਕਿਰਪਾ ਕਰੋ, ਮੇਰੀ ਕਾਮਨਾ ਪੂਰੀ ਕਰ ਦਿਓ। ਹਾਂਜੀ, ਜੋ ਜਾਂਚੋ ਸੋਈ ਅਬ ਦੀਜੈ। ਜੋ ਜਾਂਚਿਓ ਸੋਈ ਅਬ ਦੀਜੈ, ਜੋ ਮੈਂ ਮੰਗਿਆ ਹੈ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਮੈਨੂੰ ਉਹੋ ਹੀ ਦੇ ਦਿਓ। ਕੀ ਮੰਗਿਆ ਭਲਾ? ਮੇਰੀਆਂ ਪੀੜ੍ਹੀਆਂ ਰਾਜ ਕਰਨ। ਹਾਂਜੀ, ਮਹਾਂਪੁਰਖ ਜੀ ਕਰੁਣਾ ਕੀਜੈ। ਤੁਸੀਂ ਮਹਾਂਪੁਰਖ ਹੋ, ਕਿਰਪਾ ਕਰੋ, ਹੇ ਮਹਾਂਪੁਰਖ ਜੀ ਮੇਰੇ 'ਤੇ ਕਿਰਪਾ ਕਰ ਦਿਓ, ਜੋ ਮੈਂ ਮੰਗ ਰਿਹਾ ਮੈਨੂੰ ਦੇ ਦਿਓ। ਹਾਂਜੀ, ਦੋਹਰਾ ਕਿਰਪਾ ਦ੍ਰਿਸ਼ਟ ਅਵਲੋਕ ਕੈ ਬੋਲਤ ਭੇ ਸਤ ਪਾਏ। ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਬਾਬਰ 'ਤੇ ਕਿਰਪਾ ਕੀਤੀ ਜੀ। ਕਿਰਪਾ ਦ੍ਰਿਸ਼ਟੀ ਵਿੱਚ ਆਏ ਮਹਾਰਾਜ, ਕਿਰਪਾ ਦ੍ਰਿਸ਼ਟੀ ਦੇ ਨਾਲ ਮਹਾਰਾਜ ਨੇ ਬਾਬਰ ਵੱਲ ਵੇਖਿਆ ਅਤੇ ਮਹਾਰਾਜ ਫਿਰ ਪ੍ਰੇਮ ਨਾਲ ਕਹਿਣ ਲੱਗੇ ਬਾਬਰ ਨੂੰ। ਹਾਂਜੀ, ਜਗ ਪਾਤਸ਼ਾਹੀ ਭੋਗ ਹੋ ਜਬ ਲੱਗ ਕਰੋ ਨਿਆਏ। ਮਹਾਰਾਜ ਕਹਿਣ ਲੱਗੇ ਬਾਬਰ, ਉਹਨਾਂ ਚਿਰ ਤੱਕ ਤੁਸੀਂ ਪਾਤਸ਼ਾਹੀ ਭੋਗੋਗੇ ਜਿੰਨਾ ਚਿਰ ਤੱਕ ਤੁਸੀਂ ਲੋਕਾਂ ਨਾਲ ਨਿਆਂ ਕਰੋਗੇ, ਨਿਆਂ ਕਰੋਗੇ, ਧਰਮ ਦਾ ਨਿਆਂ ਕਰੋਗੇ। ਹਾਂਜੀ, ਚੌਪਾਈ ਜਬ ਤੁਮਰੀ ਕੁਲ ਨਿਆਇ ਨਾ ਹੋਵੇ। ਤੇ ਜਦੋਂ ਤੁਹਾਡੀ ਕੁਲ ਵਿੱਚ ਨਿਆਂ ਨਾ ਰਿਹਾ। ਹਾਂਜੀ, ਪਾਤਸ਼ਾਹਤ ਸਗਰੀ ਸੁਖ ਹੋਵੇ। ਤੇ ਚੇਤਾ ਰੱਖਿਓ, ਜਦੋਂ ਲੋਕਾਂ ਨੂੰ ਤੰਗ ਕਰੋਗੇ, ਨਿਆਂ ਨਾ ਕਰੋਗੇ ਤੇ ਮਹਾਰਾਜ ਕਹਿੰਦੇ ਸਾਰੀ ਪਾਤਸ਼ਾਹੀ ਖੋ ਵੀ ਲਵਾਂਗੇ। ਤੇ ਕੁਝ ਇਤਿਹਾਸਕ ਗ੍ਰੰਥਾਂ 'ਚ ਲਿਖਿਆ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਲੋੜ ਪਈ ਤੇ ਸਿਰ ਦੇ ਕੇ ਖੋਲਾਂਗੇ। ਪਿਆਰਿਓ, ਵਧੀਆ ਰਿਹਾ ਕੰਮ ਬਾਬਰ ਦਾ, ਅਕਬਰ ਦਾ ਵੀ ਵਧੀਆ ਰਿਹਾ। ਅਕਬਰ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਵੀ ਆ ਕੇ ਹਾਜ਼ਰ ਹੋਇਆ, ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਜੀ, ਬਾਦਸ਼ਾਹ ਹੋ ਕੇ। ਫਿਰ ਜਹਾਂਗੀਰ ਨੇ ਪਾਪ ਕੀਤਾ ਜੀ, ਸ਼ਾਹਜਹਾਂ ਵੀ ਜੰਗਾਂ ਕਰਦਾ ਰਿਹਾ ਪਰ ਗੁਰੂ ਸਾਹਿਬ ਨਿਰਵੈਰ ਹੀ ਰਹੇ ਜੀ। ਥੋੜ੍ਹੇ ਦਿਨਾਂ ਨੂੰ ਗੁਰੂ ਹਰਿਰਾਏ ਸਾਹਿਬ ਦਾ ਆਗਮਨ ਗੁਰਪੁਰਬ ਆਉਣਾ ਹੈ ਅਤੇ ਤੁਸੀਂ ਸਾਖੀਆਂ ਵਿਦਵਾਨਾਂ ਕੋਲੋਂ ਸੁਣਨੀਆਂ ਹੀ ਹੈ। ਸ਼ਾਹਜਹਾਂ ਦਾ ਪੁੱਤਰ ਦਾਰਾ ਸ਼ਿਕੋਹ, ਉਹਦੇ ਪੇਟ 'ਚ ਗੜਬੜ ਸੀਗੀ ਜੀ, ਬੜਾ ਉਹਨੇ ਇਲਾਜ ਕਰਾਇਆ, ਇਲਾਜ ਨਾ ਹੋਇਆ, ਅਖੀਰ ਉਹਨੂੰ ਗੁਰੂ ਘਰੋਂ ਸਹਾਇਤਾ ਮੰਗਣੀ ਪਈ ਜੀ।
ਚਿੱਠੀ ਲਿਖੀ ਸੀ ਉਹਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ, ਅਤੇ ਗੁਰੂ ਹਰਿਰਾਏ ਸਾਹਿਬ ਨੇ ਖਿੰਨ ਨਹੀਂ ਲਾਇਆ। ਮਹਾਰਾਜ ਕਹਿੰਦੇ ਕੋਈ ਨਹੀਂ, ਜੋ ਮੰਗਦਾ ਦੇ ਦਿਓ। ਮਹਾਰਾਜ ਨਿਰਵੈਰ ਰਹੇ। ਪਰ ਜਦੋਂ ਅੱਗੇ ਤੁਸੀਂ ਜ਼ੁਲਮ ਗੁਰੂ ਸਾਹਿਬ ਤੱਕ ਕੀਤਾ, ਗੱਜ ਕੇ ਆਖੋ ਵਾਹਿਗੁਰੂ, ਮਾਫ਼ ਕਰਿਓ, ਬਾਹਰੀ ਤੌਰ 'ਤੇ ਸ਼ਬਦ ਵਰਤ ਰਿਹਾ, ਸਤਿਗੁਰੂ ਨੂੰ ਸ਼ਹੀਦ ਕੀਤਾ ਜੀ ਇਹਨਾਂ ਨੇ, ਗੁਰੂ ਅਰਜਨ ਸਾਹਿਬ ਨੂੰ, ਇਸੇ ਬਾਬਰ ਦੀ ਕੁੱਲ ਨੇ। ਪਰ ਮਹਾਰਾਜ ਨੇ ਕੋਈ ਖਾਸ ਨੋਟਿਸ ਨਹੀਂ ਲਿਆ। ਜਿਸ ਦਿਨ ਲੋਕਾਂ ਦਾ ਧੱਕੇ ਨਾਲ ਧਰਮ ਬਦਲਣ ਲੱਗ ਪਏ, ਔਰੰਗਜ਼ੇਬ ਵਰਗਾ ਆ ਕੇ ਧਰਮ ਬਦਲਣ ਲੱਗ ਪਿਆ, ਹਿੰਦੂ ਵੀਰਾਂ ਨੂੰ ਮਾਰਨ ਲੱਗ ਪਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦੇ ਕੇ ਰਾਜ ਵਾਪਸ ਲੈ ਲਿਆ ਜੀ। ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਥੋੜ੍ਹਾ ਸਮਾਂ ਰਾਜ ਕਰ ਸਕਿਆ, ਬਾਅਦ 'ਚ ਖਤਮ ਹੋ ਗਿਆ ਰਾਜ ਜੀ। ਮੁਗਲਾਂ ਦਾ ਰਾਜ ਖਤਮ ਹੋ ਗਿਆ ਇਸ ਧਰਤੀ ਤੋਂ ਜੀ। ਮਹਾਰਾਜ ਬਚਨ ਦੇ ਪੂਰੇ ਰਹੇ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀ, ਮਹਾਰਾਜ ਕਹਿੰਦੇ ਜਿੰਨਾਂ ਚਿਰ ਤੱਕ ਨਿਆਂ ਕਰੋਗੇ ਉਹਨਾਂ ਚਿਰ ਤੱਕ ਰਾਜ ਕਰੋਗੇ, ਜਿਸ ਦਿਨ ਨਿਆਂ ਨਾ ਰਿਹਾ ਉਸ ਦਿਨ ਰਾਜ ਵੀ ਨਹੀਂ ਰਹੇਗਾ। ਹਾਂਜੀ, ਦੇਸ਼ ਵਿਦੇਸ਼ਨ ਜੀਤ ਬਹੁ ਧਰਨੀ, ਭੁੰਚੋ ਰਾਜ ਕਰੋ ਬਲ ਕਰਨੀ। ਬਾਕੀ ਦੇਸ਼ਾਂ ਵਿਦੇਸ਼ਾਂ ਵਿੱਚ ਮਹਾਰਾਜ ਕਹਿੰਦੇ ਬਾਬਰ ਤੇਰੀ ਜਿੱਤ ਹੋਏਗੀ, ਜਿੱਤ ਹੋਏਗੀ। ਤੇ ਪਿਆਰਿਓ ਇੱਕ ਗੱਲ ਚੇਤਾ ਰੱਖਿਓ, ਜਿਹਨੂੰ ਸਤਿਗੁਰੂ ਬਚਨ ਕਰ ਦੇਣ, ਧੰਨ ਗੁਰੂ ਨਾਨਕ ਸਾਹਿਬ ਬਚਨ ਕਰ ਦੇਣ, ਆਮ ਜਿਹਾ ਬੰਦਾ ਵੀ ਸਾਰੀ ਦੁਨੀਆਂ ਦਾ ਪਾਤਸ਼ਾਹ ਬਣ ਸਕਦਾ। ਮਹਾਰਾਜ ਕਹਿਣ ਲੱਗੇ ਤੇਰੀ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਤ ਹੋਏਗੀ, ਪੁੰਚਹੋ ਰਾਜ ਕਰਹੋ ਬਲ ਕਰਨੀ, ਬਲ ਨਾਲ ਰਾਜ ਕਰੇਗਾ ਮਹਾਰਾਜ ਕਹਿੰਦੇ। ਹਾਂਜੀ, ਸੁਣ ਬਾਬਰ ਕਰ ਹਰਖ ਅਪਾਰਾ। ਜਦੋਂ ਬਾਬਰ ਨੇ ਇਹ ਗੱਲ ਸੁਣੀ ਤੇ ਬਾਬਰ ਬੜਾ ਖੁਸ਼ ਹੋਇਆ ਜੀ। ਹਾਂਜੀ, ਪਦ ਪੰਕਜ ਬੰਦਹਿ ਬਹੁ ਬਾਰਾ। ਬਾਬਰ ਨੇ ਬਾਰ ਬਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਿਆ ਜੀ। ਪਿਆਰਿਓ ਇਹਨਾਂ ਨੂੰ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਦੀਆਂ ਮਿਲੀਆਂ, ਪਰ ਬਾਅਦ ਵਿੱਚ ਅਕਿਰਤ ਘਣ ਹੋ ਗਏ, ਇਹਨਾਂ ਬਖਸ਼ਿਸ਼ਾਂ ਨੂੰ ਭੁੱਲ ਬੈਠੇ ਜੀ। ਤੇ ਜਦੋਂ ਬੰਦਾ ਅਕਿਰਤ ਘਣ ਹੋ ਜੇ ਫਿਰ ਉਹ ਛੇਤੀ ਖਤਮ ਵੀ ਹੋ ਜਾਂਦਾ। ਅੱਜ ਇਸੇ ਕਰਕੇ ਔਰੰਗਜ਼ੇਬ ਦੀ ਕਬਰ 'ਤੇ ਦੀਵਾ ਬਾਲਣ ਵਾਸਤੇ ਤੇਲ ਨਹੀਂ ਹੁੰਦਾ ਜੀ। ਹਾਂਜੀ, ਨਿਮਰ ਹੋਏ ਕਹਿ ਬਿਨੈ ਬਖਾਨੀ। ਬਾਬਰ ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਅੱਗੇ ਨਿਮਰਤਾ ਦੇ ਵਿੱਚ ਆ ਕੇ ਧੰਨ ਧੰਨ ਪ੍ਰਭ ਸਦਾ ਗੁਣ ਖਾਨੀ ਕਹਿੰਦਾ, ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ, ਇੰਨੀ ਵੱਡੀ ਕਿਰਪਾ ਕੀਤੀ ਮੇਰੇ 'ਤੇ। ਹਾਂਜੀ, ਤਬ ਸੈਨਾ ਕੇ ਨਰ ਸਭ ਆਏ, ਦਰਸ ਕਰੈ ਚਰਨਨ ਲਪਟਾਏ। ਗੱਜ ਕੇ ਆਖੋ। ਉਧਰੋਂ ਫਿਰ ਸੈਨਾ ਦੇ ਜਿੰਨੇ ਬੰਦੇ ਸਨ ਬਾਬਰ ਦੇ ਸਿਪਾਹੀ, ਉਹਨਾਂ ਵੇਖਿਆ ਸਾਡਾ ਮਾਲਕ ਕਿਸੇ ਅੱਗੇ ਮੱਥਾ ਟੇਕ ਰਿਹਾ, ਉਹਦੀਆਂ ਫੌਜਾਂ ਵੀ ਆ ਕੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਣ ਲੱਗ ਪਈਆਂ। ਤੁਸੀਂ ਵੀ ਬੈਠੇ ਨਮਸਕਾਰ ਕਰੋ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਚਾਹੋਂ ਦੇਸ਼ ਭੀਰ ਭੂਰ ਤਬ ਹੋਈ। ਚਾਰੇ ਪਾਸੇ ਸਾਧ ਸੰਗਤ ਜੀ ਭੀੜ ਹੋ ਗਈ ਹੈ, ਮਹਾਰਾਜ ਗਰੀਬ ਨਵਾਜ ਜੀ ਨੂੰ ਨਮਸਕਾਰ ਕਰ ਰਹੇ ਹੈ ਸਾਰੇ। ਧਾਏ ਧਾਏ ਆਵੇ ਸਭ ਕੋਈ, ਬਾਬਰ ਦੀਆਂ ਫੌਜਾਂ ਸਿਪਾਹੀ ਨੌਕਰ ਚਾਕਰ ਸਾਰੇ ਭੱਜ ਭੱਜ ਕੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਣ ਆਉਣ ਲੱਗ ਪਏ ਜੀ। ਹਾਂਜੀ, ਦੋਹਰਾ ਸ਼੍ਰੀ ਨਾਨਕ ਕੇ ਬਰਦਏ, ਬਾਬਰ ਭਾ ਪਾਤਸ਼ਾਹ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਰ ਦੇ ਨਾਲ ਫਿਰ ਬਾਬਰ ਹਿੰਦੁਸਤਾਨ ਦਾ ਤੇ ਉਹਨੇ ਰਾਜ ਕੀਤਾ ਜੀ ਬਾਬਰ ਨੇ। ਹਾਂਜੀ, ਦਿੱਲੀ ਆਦਿਕ ਦੇਸ਼ ਲੈ ਬਿਲਸੇ ਸੁਖ ਜਗ ਮਾਹੇ। ਤੇ ਸਾਧ ਸੰਗਤ, ਦਿੱਲੀ ਤੇ ਰਾਜ ਉਹਦਾ ਹੋਇਆ, ਦਿੱਲੀ ਦੇ ਤਖ਼ਤ ਤੇ ਬਹਿੰਦਾ ਰਿਹਾ ਬਾਬਰ ਆ ਕੇ, ਬੜਾ ਸੁੱਖ ਮਾਣਿਆ ਬਾਬਰ ਨੇ, ਅੱਗੋਂ ਉਹਦੀ ਪੀੜ੍ਹੀ ਨੇ ਵੀ ਰਾਜ ਕੀਤਾ। ਹਾਂਜੀ, ਚੌਪਈ ਕਰੁਣਾ ਨਿਧ ਦੇਖੇ, ਬਹੁਰ ਕੈਦ ਬਿਖੇ ਨਰ ਨਾਰ। ਹੁਣ ਕੱਲੇ ਬਾਬਰ ਤੇ ਥੋੜੀ ਮਿਹਰ ਕਰਨੀ ਹੈ, ਗੱਜ ਕੇ ਆਖੋ। ਵਾਹਿਗੁਰੂ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਲੋਕ ਕੈਦ ਚ ਪਏ ਹੈ, ਬੁਰੇ ਹਾਲ ਹੁੰਦੇ ਹੈ। ਹਾਂਜੀ, ਦੁੱਖ ਪਾਵਤ ਕੁਰਲਾਤ ਹੈ, ਜਿਉਂ ਬਨ ਕਮਲ ਤੁਖਾਰ। ਸਾਧ ਸੰਗਤ ਜੀ, ਲੋਕ ਦੁਖੀ ਹੋ ਕੇ ਕੁਰਲਾ ਰਹੇ ਹੈ,
ਜਿਵੇਂ ਸਾਧ ਸੰਗਤ ਦੀ ਜਿਉਂ ਬੰਨ ਕਮਲ ਤੁਖਾਰ, ਜਿਵੇਂ ਜੰਗਲ ਵਿੱਚ ਕਮਲਾਂ 'ਤੇ ਬਰਫ਼ ਪੈਂਦੀ ਹੈ ਅਤੇ ਉਹ ਦੁਖੀ ਹੁੰਦੇ ਹੈ, ਇਸੇ ਤਰ੍ਹਾਂ ਲੋਕ ਦੁਖੀ ਹੋ ਰਹੇ ਸਨ। ਹਾਂਜੀ, ਬਾਬਰ ਸੋਂ ਬੋਲੇ ਤੇ ਕਾਲਾ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਬਾਬਰ ਨੂੰ ਕਹਿਣ ਲੱਗੇ, ਬਾਬਰ ਗੱਲ ਸੁਣ। ਉਹ ਕਹਿੰਦਾ, ਜੀ ਮਹਾਰਾਜ ਹੁਕਮ ਕਰੋ। ਛੁੱਡ ਹੋ ਕੈਦ ਜੋ ਗਹੀ ਬਿਸਾਲਾ, ਮਹਾਰਾਜ ਕਹਿੰਦੇ ਬਾਬਰ ਜਿਨ੍ਹਾਂ ਜਿਨ੍ਹਾਂ ਨੂੰ ਕੈਦ ਕੀਤਾ ਸਾਰਿਆਂ ਨੂੰ ਹੀ ਛੱਡ ਦੇ, ਸਾਰਿਆਂ ਨੂੰ ਛੱਡ ਦੇ। ਹਾਂਜੀ, ਸੌਜ ਖਸੋਟੀ ਜੋ ਇਨ ਕੇਰੀ, ਇੱਕ ਹੋਰ ਕੰਮ ਕਰਨਾ ਈ, ਜਿਹੜਾ ਜਿਹੜਾ ਸਮਾਨ ਇਹਨਾਂ ਦਾ ਲੁੱਟਿਆ ਤੂੰ। ਮਹਾਰਾਜ ਜੀ ਦੇ ਸੀਸ 'ਤੇ ਵੀ ਪੰਡ ਰਖਾਉਣਾ ਚਾਹੁੰਦਾ ਸੀ ਨਾ ਇਹਦੇ ਸਿਪਾਹੀ, ਭਾਈ ਬਾਲਾ ਜੀ ਦੇ ਸੀਸ 'ਤੇ ਰਖਾਈ ਸੀ, ਜਿੰਨਾ ਇਹਨਾਂ ਲੋਕਾਂ ਦਾ ਤੂੰ ਸਮਾਨ ਲੁੱਟਿਆ। ਹਾਂਜੀ, ਮਾਨੋਹ ਬਚ ਹਮਾਰ ਦੇਹੋ ਫੇਰੀ, ਬਾਬਰ ਸਾਡਾ ਬਚਨ ਮੰਨ, ਇਹਨਾਂ ਲੋਕਾਂ ਨੂੰ ਵੀ ਛੱਡ ਦੇ ਅਤੇ ਇਹਨਾਂ ਦਾ ਸਮਾਨ ਵੀ ਛੱਡ ਦੇ, ਛੱਡ ਦੇ ਮਹਾਰਾਜ ਕਹਿੰਦੇ, ਨਾ ਦੁਖੀ ਕਰ। ਹਾਂਜੀ, ਕਮਲ ਬਦਨ ਕੀ ਗਿਰਾ ਸੁਨੀ ਜਬ, ਜਦੋਂ ਬਾਬਰ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖੋਂ ਬਚਨ ਸੁਣਿਆ, ਸਪਤ ਛੁਡਾਏ ਨਰ ਨਾਰੀ ਸਭ, ਬਸ ਬਚਨ ਸੁਣਦਿਆਂ ਸਾਰੀ ਉਹਨੇ ਹੁਕਮ ਕਰਤਾ, ਛੱਡ ਦਿਓ ਸਾਰਿਆਂ ਨੂੰ, ਕਹਿਣ ਲੱਗਾ ਛੱਡ ਦਿਓ ਸਾਰਿਆਂ ਨੂੰ, ਸਾਰਿਆਂ ਨੂੰ ਛੱਡ ਦਿਓ, ਸਮਾਨ ਵਾਪਸ ਕਰ ਦਿਓ ਸਾਰਿਆਂ ਦੇ। ਹਾਂਜੀ, ਆਪਣੀ ਸੌਜ ਪਛਾਣੀ ਜਾਹੀ, ਲੋਕਾਂ ਨੂੰ ਕਹਿਣ ਲੱਗਾ ਭਾਈ ਆਪੋ ਆਪਣਾ ਸਮਾਨ ਪਛਾਣ ਲਓ। ਹਾਂਜੀ, ਦਈ ਦਿਵਾਏ ਕੇਰ ਕੀਏ ਨਾਹੀ, ਬਸ ਫਿਰ ਦੇਰ ਨਹੀਂ ਕੀਤੀ, ਜਿਹਦਾ ਜਿਹੜਾ ਸਮਾਨ ਸੀ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਨੂੰ ਵਾਪਸ ਦਵਾ ਦਿੱਤਾ ਜੀ। ਦੁਖੀ ਤਾਂ ਹੋਏ ਲੋਕ, ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦਇਆ ਆਈ, ਸਾਰਿਆਂ ਨੂੰ ਸੁਖੀ ਕਰ ਦਿੱਤਾ ਜੀ। ਹਾਂਜੀ, ਆਪੋ ਆਪਣੀ ਸੌਜ ਸੰਭਾਰੀ, ਉਹਨਾਂ ਸਾਰਿਆਂ ਨੇ ਆਪੋ ਆਪਣਾ ਸਮਾਨ ਸਾਂਭ ਲਿਆ ਜੀ ਲੋਕਾਂ ਨੇ। ਨਿਜ ਨਿਕੇਤ ਗਮਨੇ ਨਰ ਨਾਰੀ, ਰੱਖੇ ਆਪਣੇ ਸਿਰਾਂ ਤੇ ਸਮਾਨ, ਸਮਾਨ ਸੰਦਾਂ ਤੇ ਲੱਦੇ, ਤੇ ਪਿਆਰਿਓ ਨਾਲੇ ਤੇ ਲੋਕ ਛੁੱਟ ਗਏ, ਨਾਲੇ ਉਹਨਾਂ ਦਾ ਸਮਾਨ ਉਹਨਾਂ ਨੂੰ ਮਿਲ ਗਿਆ ਜੀ। ਹਾਂਜੀ, ਸਭ ਹਿਨ ਕੋਲੇ ਆਪਣੇ ਸਾਥਾ, ਮਹਾਰਾਜ ਕਹਿੰਦੇ ਬਾਬਰ ਚੰਗਾ ਹੁਣ ਅਸੀਂ ਵੀ ਚੱਲੇ ਹਾਂ। ਧੰਨ ਗੁਰੂ ਨਾਨਕ ਸਾਹਿਬ ਸਭ ਮਨੁੱਖਾਂ ਨੂੰ ਆਪਣੇ ਨਾਲ ਲੈ ਕੇ ਗਏ, ਨਗਰ ਮੈਂ ਪੁੰਨ ਜਗਨਨਾਥਾ, ਉਹਦੀ ਕੈਦ ਚੋਂ ਬਾਹਰ ਆ ਗਏ ਜੀ, ਤੇ ਮਹਾਰਾਜ ਐਮਨਾਬਾਦ ਨਗਰ ਦੇ ਵਿੱਚ ਆ ਗਏ। ਪਿਆਰਿਓ, ਇੱਕ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਾਂ ਬੰਦੀ ਛੋੜ ਦਾਤੇ ਕਹਿੰਦੇ ਹਾਂ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਬੰਦੀ ਛੋੜ ਦਾਤੇ ਹਨ। ਮਹਾਰਾਜ ਨੇ ਬੰਧਨ ਆਜ਼ਾਦ ਕਰਾਏ। ਲਓ ਇੱਕ ਪੰਕਤੀ ਪੜ੍ਹੋ, ਫਿਰ ਅੱਗੇ ਪ੍ਰਸੰਗ ਸੁਣੀਏ। ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ, ਧੰਨ ਗੁਰੂ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੁਰੂ, ਧੰਨ ਗੁਰੂ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੁਰੂ ਨਾਨਕ ਸਾਹਿਬ, ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ। ਮਹਾਰਾਜ ਬੰਦੀ ਛੋੜ ਦਾਤੇ ਹਨ ਗੁਰੂ ਨਾਨਕ ਸਾਹਿਬ ਜੀ, ਸਾਰੇ ਲੋਕਾਂ ਨੂੰ ਕੈਦ ਚੋਂ ਛੁਡਾਇਆ, ਜਿਨ੍ਹਾਂ ਵਿੱਚ ਉਹਨਾਂ ਦੀਆਂ ਬੀਬੀਆਂ ਸਨ, ਇਸਤਰੀਆਂ ਸਨ, ਪੁਰਸ਼ ਸਨ, ਲੋਕੀ ਸੁਖੀ ਸੁਖੀ ਸੁੱਖ ਦੇ ਸਾਹ ਨਾਲ ਘਰ ਵਾਪਸ ਆਏ ਜੀ। ਮਹਾਰਾਜ ਨੇ ਇੱਕ ਰਾਤ ਵੀ ਉਹਨਾਂ ਨੂੰ ਕੈਦ 'ਚ ਨਹੀਂ ਰਹਿਣ ਦਿੱਤਾ ਜੀ। ਹਾਂਜੀ, ਸੋਰਠਾ ਦੇਖਿਓ ਨਗਰ ਉਜਾਰ, ਨਰ ਨਾਰੀ ਜਿਹ ਕੋ ਨਹੀਂ, ਪਰ ਸਾਧ ਸੰਗਤ ਜੀ ਨਗਰ 'ਤੇ ਉਜੜਿਆ ਪਿਆ ਸੀ ਐਮਨਾਬਾਦ, ਉੱਥੇ ਕੋਈ ਪੁਰਸ਼ ਨਹੀਂ ਸੀ, ਕੋਈ ਇਸਤਰੀ ਨਹੀਂ ਸੀ, ਉਹੋ ਹੀ ਸਨ ਜਿਹੜੇ ਕੈਦ 'ਚੋਂ ਵਾਪਸ ਆ ਰਹੇ, ਬਾਕੀ ਤਾਂ ਮਾਰ ਦਿੱਤੇ ਸਨ ਸਾਰੇ। ਆਸਾ ਰਾਗ ਮਝਾਰ ਸ਼ਬਦ ਉਚਾਰਿਓ ਸ਼੍ਰੀ ਗੁਰੂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਨੂੰ ਬਿਠਾਇਆ, ਮਰਦਾਨਾ ਜੀ ਨੂੰ ਆਖਿਆ, ਮਰਦਾਨਿਆ ਤਾਰ ਛੇੜ, ਬਾਣੀ ਆਈ ਹੈ ਪਿਆਰਿਓ ਆਸਾ ਰਾਗ ਵਿੱਚ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਗਾਇਆ ਹੈ ਜੀ। ਸ਼ਾਮਾਂ ਹੋ ਚੁੱਕੀਆਂ ਸਨ, ਆਸਾ ਰਾਗ ਦਾ ਸਮਾਂ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਿਆ, ਸਾਰੇ ਲੋਕਾਂ ਨੂੰ ਬਿਠਾ ਲਿਆ।
ਆਸਾ ਮਹੱਲਾ ਪਹਿਲਾ ਕਹਾਂ ਸੁਖੇਲ ਤਬੇਲਾ ਘੋੜੇ ਕਹਾਂ ਤੇਰੀ ਸਹਿਨਾਈ ਕਹਾਂ ਸੋ ਤੇਗ ਬੰਦ ਗਾ ਡੇਰੜ ਕਹਾਂ ਸੋ ਲਾਲ ਕਵਾਈ ਕਹਾਂ ਸੋ ਆਰਸੀਆ ਮੋਹਬੰਕੇ ਐਥੇ ਦਿਸਹਿ ਨਾਹੀ ਇਹੋ ਜਗ ਤੇਰਾ ਤੂੰ ਗੋਸਾਈ ਏਕ ਘੜੀ ਮੈਂ ਥਾਪ ਉਥਾਪੇ ਜਰ ਵੰਡ ਦੇਵੈ ਭਾਈ ਰਹਾਉ ਕਹਾਂ ਸੋ ਘਰ ਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੋ ਸੇਜ ਸੁਖੇਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੋ ਪਾਨ ਤੰਬੋਲੀ ਹਰ ਮਾਂ ਹੋਈਆਂ ਸ਼ਾਈ ਮਾਈ ਇਸ ਜਰ ਕਾਰਨ ਘਰੀ ਵਿਗੁੱਤੀ ਇਨ ਜਰ ਘੜੀ ਖੁਆਈ ਪਾਪਾਂ ਬਾਝੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਜਿਸਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ। ਗੱਜ ਕੇ ਆਖੋ। ਇਹ ਸ਼ਬਦ ਬੜਾ ਲੰਬੇਰਾ ਹੈ ਜੀ, ਬੜਾ ਲੰਬੇਰਾ ਸ਼ਬਦ ਹੈ ਅਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਾਰਾ ਸ਼ਬਦ ਪੜ੍ਹਿਆ ਹੈ ਜੀ। ਅੱਗੋਂ ਜਿਸਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ ਮੁਸ਼ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚਿੜਾਈ ਜਿਨ ਕੀ ਚੀਰੀ ਦਰਗੈ ਪਾਟੀ ਤਿੰਨਾ ਮਰਣਾ ਭਾਈ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਈ ਇੱਕ ਨਾ ਪੇਰਨ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕੋ ਰਹਿਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਜਿਸਨੋ ਆਖ ਸੁਣਾਈਐ ਆਪੇ ਕਰੇ ਕਰਾਏ ਕਰਤਾ ਕਿਸਨੋ ਆਖ ਸੁਣਾਈਐ ਦੁੱਖ ਸੁਖ ਤੇਰੇ ਭਾਣੇ ਹੋਵੇ ਕਿਸ ਥੈਂ ਜਾਏ ਰੁਆਈਐ ਹੁਕਮੇ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਕਮੇ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਸ਼ਬਦ ਉਚਾਰਿਆ ਜੀ ਸਭ ਲੋਕਾਂ ਨੂੰ ਬਿਠਾਇਆ ਦੱਸਿਆ ਭਾਈ ਕਿੱਥੇ ਗਈਆਂ ਖੁਸ਼ੀਆਂ ਜਿਹੜੀਆਂ ਕੱਲ੍ਹ ਤੱਕ ਸਨ ਸਮੇਂ ਦਾ ਕੋਈ ਨਹੀਂ ਚੇ ਪਤਾ ਪਿਆਰਿਓ ਇਸੇ ਕਰਕੇ ਜਿਹੜਾ ਗੁਰਮੁਖ ਹੈ ਉਹ ਦੁੱਖ ਵਿੱਚ ਵੀ ਵਾਹਿਗੁਰੂ ਨੂੰ ਨਹੀਂ ਭੁੱਲਦਾ ਅਤੇ ਜਦੋਂ ਵਾਹਿਗੁਰੂ ਉਹਨੂੰ ਸੁੱਖ ਦੇਵੇ ਉਹ ਸੁੱਖ ਵਿੱਚ ਵੀ ਵਾਹਿਗੁਰੂ ਨੂੰ ਨਹੀਂ ਭੁੱਲਦਾ ਜੀ ਦੁੱਖ ਵਿੱਚ ਵੀ ਬੋਲਦਾ ਵਾਹਿਗੁਰੂ ਸੁੱਖ ਵਿੱਚ ਵੀ ਬੋਲਦਾ ਵਾਹਿਗੁਰੂ ਵਾਹਿਗੁਰੂ ਆਮ ਤੌਰ 'ਤੇ ਦੁੱਖ 'ਚ ਵਾਹਿਗੁਰੂ ਕਹਿਣ ਵਾਲੇ ਤਾਂ ਬੜੇ ਮਿਲ ਜਾਣਗੇ ਪਿਆਰਿਓ ਸੁੱਖ ਵਿੱਚ ਕੋਈ ਬਿਰਲਾ ਹੀ ਬੋਲਦਾ ਹੈ ਦੁੱਖਮੇ ਸਿਮਰਨ ਸਭ ਕਰੇ ਸੁਖਮੇ ਕਰੇ ਨਾ ਕੋਏ ਜੋ ਸੁਖਮੇ ਸਿਮਰਨ ਕਰੇ ਦੁੱਖ ਕਾਹੇ ਕੋ ਹੋਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਜੀ ਹਾਂਜੀ ਚੌਪਈ ਇਸ ਬਿਦ ਕਹਿ ਕਰ ਕਰੁਣਾ ਸਦਨੰ ਬੈਠੇ ਨਿਕਟ ਨਗਰ ਦੁੱਖ ਕਦਨੰ ਮਹਾਰਾਜ ਗਰੀਬ ਨਵਾਜ ਨਗਰ ਦੇ ਲਾਗੇ ਹੀ ਬੈਠ ਗਏ ਜੀ ਇਹ ਸ਼ਬਦ ਪੜ੍ਹ ਕੇ ਹਾਂਜੀ ਆਵਨ ਲੱਗੇ ਨਗਰ ਨਰ ਨਾਰੀ ਕਸ਼ਟ ਸਮਾਂ ਜਿਨ ਪਰ ਭਾ ਭਾਰੀ ਹੁਣ ਵੇਖ ਲਓ ਪਰਸੋਂ ਦੀ ਗੱਲ ਚ ਵਾਹਿਗੁਰੂ ਕੱਲ੍ਹ ਦੀ ਗੱਲ ਹੈ ਜਦੋਂ ਮਹਾਰਾਜ ਸ਼ਾਮ ਆ ਕੇ ਬੈਠੇ ਕੋਈ ਨਹੀਂ ਨੇੜੇ ਆਇਆ ਉਦੋਂ ਸੁੱਖ ਸਨ ਹੁਣ ਦੁੱਖ ਦਾ ਸਮਾਂ ਆਇਆ ਲੋਕ ਆਪੇ ਗੁਰੂ ਨਾਨਕ ਸਾਹਿਬ ਦੇ ਕੋਲ ਬੈਠਣ ਲੱਗੇ ਆ ਕੇ ਜੀ ਹਾਂਜੀ ਕਟੇ ਖਾਨ ਜਿਹ ਮ੍ਰਿਤਕ ਭਰੇ ਅਰੁਣ ਧਰੁਣ ਸ਼੍ਰੋਣਤ ਬਹੁ ਢਰੇ ਧਰਤੀ ਤੇ ਬੜਾ ਖੂਨ ਡੁੱਲਿਆ ਪਿਆ ਸੀ ਪਠਾਨ ਵੱਡੇ ਪਏ ਸਨ ਹਾਂਜੀ ਆਨਨ ਧੂਰ ਭਰੇ ਜਨਕੇਰੇ ਚਿਹਰਿਆਂ ਤੇ ਮਿੱਟੀਆਂ ਭਰੀਆਂ ਪਈਆਂ ਸਨ ਮਿੱਟੀ ਨਾਲ ਚਿਹਰੇ ਭਰੇ ਪਏ ਸਨ ਹਾਂਜੀ ਆਮਿਖ ਖਾਤ ਗੀਦ ਰਵਟੇਰੇ ਕਈਆਂ ਤੁਰਕਾਂ ਦਾ ਵਾਹਿਗੁਰੂ ਪਠਾਣਾਂ ਦਾ ਮਾਸ ਗਿਰਜਾਂ ਕੱਢ ਕੱਢ ਕੇ ਖਾ ਰਹੀਆਂ ਸਨ ਲਾਸ਼ਾਂ ਹੀ ਪਈਆਂ ਸਨ ਉੱਥੇ ਹਾਂਜੀ ਦੋਹਰਾ ਦਾਰੁਨ ਰੂਪ ਬਿਰੂਪ ਭਾ ਦੇਖਤ ਹੈ ਨਰ ਨਾਰ ਕਰਤ ਚ ਨਾਰੀ ਆਪਣ ਕੀ
ਦਫਨੈ ਧਰਨ ਮਝਾਰ, ਕਿਸੇ ਨੂੰ ਸਾੜ ਦਿੱਤਾ ਗਿਆ, ਕਿਸੇ ਨੂੰ ਦਬਾ ਦਿੱਤਾ ਗਿਆ, ਉਹਨਾਂ ਦੀ ਜਿਵੇਂ ਜਿਵੇਂ ਮਰਜ਼ਾਦਾ ਸੀ ਉਵੇਂ ਉਵੇਂ ਕੀਤਾ ਜੀ। ਹਾਂਜੀ, ਹਾਏ ਹਾਏ ਉਹ ਉਹ ਕਰਈ, ਮ੍ਰਿਤ ਭਏ ਗੁਣ ਤਨਹਿ ਉਚਰਈ। ਉਹ ਹੁਣ ਯਾਦ ਕਰਦੇ ਆ, ਰੋਂਦੇ ਆ, ਹਾਏ ਹਾਏ ਕਰਦੇ ਆ। ਪਿਆਰਿਓ, ਅੱਜ ਹਾਏ ਹਾਏ ਕਰ ਰਹੇ ਆ, ਮਾਫ ਕਰਿਓ। ਇੱਕ ਰਾਤ ਪਹਿਲਾਂ ਭਾਈ ਲਾਲੋ ਜੀ ਅਤੇ ਉਹ ਬ੍ਰਾਹਮਣ ਗੁਰੂ ਨਾਨਕ ਸਾਹਿਬ ਕੋਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਸਨ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੂੰ ਹਾਏ ਹਾਏ ਕਰਨ ਦੀ ਲੋੜ ਹੀ ਨਹੀਂ ਪਈ ਜੀ। ਕਿੰਨਾ ਫਰਕ ਜੇ ਜੇ ਹਾਏ ਹਾਏ ਤੋਂ ਬਚਣਾ ਤੇ ਫਿਰ ਵਾਹਿਗੁਰੂ ਵਾਹਿਗੁਰੂ ਕਰੋ। ਹਾਂਜੀ, ਮਿਲ ਇੱਕ ਥਲ ਬਹਰੋਵੇ ਨਾਰੀ, ਬਾਰ ਉਖਾਰ ਦੇਹੇ ਧਰ ਡਾਰੀ। ਉਹ ਇਸਤਰੀਆਂ ਬੇਬੀਆਂ ਇੱਕ ਥਾਂ ਮਿਲ ਕੇ ਰੋਣ ਦਈਆਂ ਸਨ ਤੇ ਵਾਲ ਪੁੱਟਦੀਆਂ ਕਈ ਕੁਝ ਕਰਦੀਆਂ ਸਨ। ਹਾਂਜੀ, ਤਨ ਕੋ ਕਰੇ ਤਾੜਨਾ ਭਾਰੀ, ਆਪਣੇ ਸਰੀਰ ਨੂੰ ਜ਼ੋਰ ਜ਼ੋਰ ਦੀ ਪਿੱਟ ਰਹੀਆਂ ਸਨ। ਹਾਂਜੀ, ਉੱਚੀ ਬਾਹੈਂ ਕਰੇ ਪੁਕਾਰੀ, ਬਰ ਰੌਰਾ ਸੁਨ ਕੈ ਤਿਹ ਥਾਨਾ, ਬਹਰੋ ਸ਼੍ਰੀ ਪ੍ਰਭ ਸ਼ਬਦ ਬਖਾਨਾ। ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਰੌਲਾ ਸੁਣਿਆ। ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆਂ ਤਾਰ ਛੇੜ ਬਾਣੀ ਆਈ ਹੈ। ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਸ਼ਬਦ ਉਚਾਰਿਆ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਕਾਫੀ ਮਹੱਲਾ ਪਹਿਲਾ, ਘਰ ਅੱਠਵਾਂ ਅਸ਼ਟਪਦੀਆਂ। ਇਹ ਸ਼ਬਦ ਵੀ ਲਮੇਰਾ, ਅਸ਼ਟਪਦੀਆਂ ਹਨ, ਰਾਗ ਆਸਾ ਹੈ, ਕਾਫੀ ਸ਼ੰਤ ਹੈ। ਹਾਂਜੀ, ਅੱਠਵੇਂ ਸੁਰ ਤਾਲ ਵਿੱਚ ਗਾਉਣ ਦਾ ਹੁਕਮ ਹੈ। ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਹੈ, ਸਾਡੀਆਂ ਰੂਹਾਂ ਦਾ ਪ੍ਰਕਾਸ਼ਕ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹਾਂਜੀ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵਹਿ ਆਦਮੀ ਬੰਦ ਹੈ ਘਰ ਬਾਰਾ, ਜਗ ਹੋ ਜਗ ਹੋ ਸੁਤੇ ਹੋ ਚੱਲਿਆ ਵਣਜਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਪੜ੍ਹਿਆ, ਜਗ ਹੋ ਸੁਤੇ ਹੋ ਚੱਲਿਆ ਵਣਜਾਰਾ, ਗੱਜ ਕੇ ਆਖੋ ਵਾਹਿਗੁਰੂ। ਇਹਦਾ ਭਾਵ ਬੜਾ ਗਹਿਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਹਿ ਰਹੇ ਆ, ਆਓ ਇੱਕ ਵਾਰੀ, ਮਹਾਰਾਜ ਗਾ ਰਹੇ ਆ, ਲੋਕ ਆ ਕੇ ਸੁਣਨ ਲੱਗ ਪਏ। ਜਗ ਹੋ ਸੁਤੇ ਹੋ, ਜਗ ਹੋ ਸੁਤੇ ਹੋ, ਜਗ ਹੋ ਸੁਤੇ ਹੋ, ਜਾਗ ਹੋ ਸੁਤੇ ਹੋ, ਚੱਲਿਆ ਵਣਜਾਰਾ, ਜਾਗ ਹੋ ਸੁਤੇ ਹੋ, ਜਾਗ ਹੋ ਸੁਤੇ ਹੋ, ਜਾਗ ਸੁਤੇ ਹੋ, ਜਾਗ ਸੁਤੇ ਹੋ, ਚੱਲਿਆ ਵਣਜਾਰਾ, ਚੱਲਿਆ ਵਣਜਾਰਾ, ਚੱਲਿਆ ਵਣਜਾਰਾ। ਹੁਣ ਕਿਉਂਕਿ ਟਾਈਮ ਹੋ ਗਿਆ, ਕੇਵਲ ਇੱਕ ਪੰਕਤੀ ਦਾ ਅਰਥ ਸੁਣ ਲਓ, ਫਿਰ ਮੈਂ ਵਾਹਿਗੁਰੂ ਕਿਰਪਾ ਕਰੇ ਮਹਾਰਾਜ ਕੱਲ੍ਹ ਆਪਾਂ ਵਿਚਾਰ ਲਵਾਂਗੇ। ਜਗ ਹੋ ਸੁੱਤੇ ਹੋ, ਚੱਲਿਆ ਵਣਜਾਰਾ। ਮਹਾਰਾਜ ਨੇ ਇਹ ਉੱਥੇ ਸ਼ਬਦ ਉਚਾਰਿਆ ਜੀ, ਇਹਦਾ ਭਾਵ ਸਮਝਿਓ ਸਾਧ ਸੰਗਤ ਜੀ। ਕੋਈ ਬੰਦਾ ਸੁੱਤਾ ਹੋਇਆ, ਜਿਹਦੇ ਨਾਲ ਉਹਨੇ ਵਪਾਰ ਕਰਨਾ, ਉਹ ਲਾਗੋਂ ਚੱਲੇ ਚੱਲਾ, ਅਤੇ ਉਹਨੂੰ ਲਾਗੋਂ ਇੱਕ ਬੰਦਾ ਜਗਾਉਂਦਾ, ਓਏ ਤੂੰ ਸੁੱਤਾ ਪਿਆ, ਉੱਠ ਕੇ ਜਾਗ, ਨਹੀਂ ਤੇ ਜਿਹਦੇ ਨਾਲ ਤੂੰ ਵਣਜਾਰ ਵਣ ਵਪਾਰ ਕਰਨਾ ਹੈ ਨਾ, ਉਹ ਚਲੇ ਚੱਲਾ ਹੈ। ਅਤੇ ਜਿਹਨੂੰ ਕਦਰ ਹੁੰਦੀ ਹੈ, ਆਲਸੀ ਦਲਿੱਦਰੀ ਬੰਦਾ ਪਰਵਾਹ ਨਹੀਂ ਕਰਦਾ, ਸੁੱਤਾ ਰਹੇਗਾ, ਪਰ ਉੱਦਮੀ ਬੰਦਾ ਉਸੇ ਵੇਲੇ ਛਾਲ ਮਾਰ ਕੇ ਉੱਠਦਾ, ਵਣਜਾਰੇ ਨੂੰ ਮਿਲਦਾ, ਵਪਾਰ ਕਰਦਾ। ਇਹ ਤਾਂ ਸੀ ਬਾਹਰੀ ਅਰਥ, ਹੁਣ ਇਹਦਾ ਭਾਵ ਸਮਝਿਓ। ਜਗ ਹੋ ਸੁੱਤੇ ਹੋ, ਚੱਲਿਆ ਵਣਜਾਰਾ। ਪਹਿਲੀ ਗੱਲ, ਸੁੱਤੇ ਹੋਏ ਨੂੰ ਉਹ ਉਠਾਏਗਾ ਜਿਹੜਾ ਆਪ ਜਾਗਦਾ ਹੈ।
ਸੁੱਤਾ ਹੋਇਆ ਬੰਦਾ ਕਿਸੇ ਸੁੱਤੇ ਨੂੰ ਜਗਾ ਨਹੀਂ ਸਕਦਾ, ਜਾਗਿਆ ਹੋਇਆ ਬੰਦਾ ਹੀ ਦੂਜੇ ਨੂੰ ਜਗਾਉਂਦਾ ਹੈ। ਸੁੱਤਾ ਹੋਇਆ ਬੰਦਾ ਨਹੀਂ ਕਿਸੇ ਨੂੰ ਜਗਾ ਸਕਦਾ। ਹੁਣ ਇਹਦਾ ਭਾਵ ਸਮਝਿਓ, ਹੇ ਸੁੱਤੇ ਹੋਏ ਲੋਕੋ ਜਾਗ ਜਾਓ, ਜਾਗ ਜਾਓ, ਵਣਜਾਰਾ ਜਾ ਰਿਹਾ ਹੈ, ਵਣਜਾਰਾ ਕੌੜ ਹੈ। ਸਾਧ ਸੰਗਤ ਜੀ ਇਹਦਾ ਭਾਵ ਸਮਝਿਓ, ਵਣਜਾਰਾ ਕੋਈ ਹੋਰ ਨਹੀਂ ਹੈ, ਵਣਜਾਰਾ ਸਾਡੇ ਅੰਦਰ ਬੈਠਾ ਹੈ, ਸਾਡੀ ਆਤਮਾ ਹੈ। ਅਤੇ ਮਹਾਰਾਜ ਸਾਹਿਬ ਕਹਿ ਰਹੇ ਹੋ, ਮੋਹ ਦੀ ਨੀਂਦ 'ਚ ਸੁੱਤੇ ਹੋਏ ਲੋਕੋ ਜਾਗ ਜਾਓ, ਸਮਾਂ ਲੰਘ ਚੱਲਾ 'ਚ ਆਤਮਾ ਨੇ ਸਰੀਰ ਵਿੱਚੋਂ ਨਿਕਲ ਜਾਣਾ, ਫਿਰ ਸਮਾਂ ਹੱਥ ਨਹੀਂ ਆਉਣਾ, ਫਿਰ ਮੁੱਖੋਂ ਵਾਹਿਗੁਰੂ ਬੋਲ ਨਹੀਂ ਹੋਣਾ, ਫਿਰ ਬੰਦਗੀ ਨਹੀਂ ਹੋਣੀ। ਇੱਕ ਵਾਰੀ ਸਰੀਰ 'ਚੋਂ ਆਤਮਾ ਰੂਪੀ ਵਣਜਾਰਾ ਨਿਕਲ ਗਿਆ, ਫਿਰ ਗੱਲ ਨਹੀਂ ਚ ਬਣਨੀ। ਲੱਖ ਕੋਸ਼ਿਸ਼ ਕਰ ਲਓ, ਮੈਂ ਜਪਜੀ ਸਾਹਿਬ ਪੜ੍ਹਨਾ, ਮੈਂ ਸ਼ਾਮ ਨੂੰ ਰਹਿਰਾ ਸਾਹਿਬ ਕਰਨਾ, ਜਦੋਂ ਸਰੀਰ 'ਚ ਆਤਮਾ ਹੀ ਨਹੀਂ ਰਹੀ ਕਿਵੇਂ ਪੜ੍ਹ ਲਓਗੇ। ਮਹਾਰਾਜ ਕਹਿੰਦੇ ਜਾਗ ਜਾਓ, ਜਾਗ ਜਾਓ। ਹੁਣ ਫਿਰ ਬੇਨਤੀ 'ਚ ਇਹ ਜਾਗਾਂਗੇ ਉਦੋਂ ਹੀ ਜਦੋਂ ਜਾਗੇ ਹੋਏ ਦੀ ਸੰਗਤ। ਸਵਾਦ ਕੋਈ ਨਹੀਂ ਆਉਂਦਾ, ਉਹ ਸੋਚਦਾ ਹੈ ਟਾਈਮ ਘੜੀ ਮੁੱਕੇ ਬਾਬੇ ਹਟਣ, ਉਹ ਮਾਫ ਕਰਿਓ ਸਰੀਰ ਜਾਗਦਾ, ਮਨ ਉਹਦਾ ਸੁੱਤਾ ਹੀ ਪਿਆ ਹੈ। ਮਹਾਰਾਜ ਨੇ ਇਤਿਹਾਸ ਦੇ ਬੋਲ ਨੇ, ਮਨ ਜਾਗੇ ਕੀ ਇਹ ਨਿਸ਼ਾਨੀ, ਪ੍ਰਿਆ ਲਾਗੇ ਸਤਿਗੁਰ ਕੀ ਬਾਣੀ। ਜਾਗੇ ਹੋਏ ਮਨ ਦੀ ਨਿਸ਼ਾਨੀ 'ਚ, ਜਿਹੜਾ ਮਨ ਜਾਗ ਜਾਂਦਾ ਹੈ ਨਾ, ਉਹਨੂੰ ਫਿਰ ਸਤਿਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਪੈਂਦੀ ਹੈ। ਜਿਹੜਾ ਨਹੀਂ ਜਾਗਿਆ ਉਹਨੂੰ ਪਤਾ ਹੀ ਨਹੀਂ ਹੈ ਕਿਹੜਾ ਕੀਰਤਨ ਹੋ ਰਿਹਾ, ਕਿਹੜੀ ਕਥਾ ਹੋ ਰਹੀ ਹੈ। ਇਹਦੇ ਵਾਸਤੇ ਇਹ ਹੈ ਜਾਗਣ ਦੀ ਨਿਸ਼ਾਨੀ, ਸਾਨੂੰ ਪਤਾ ਲੱਗ ਜੇ ਅਸੀਂ ਜਾਗੇ ਹਾਂ, ਪਰ ਜਾਗਣ ਵਾਸਤੇ ਕਿਸੇ ਜਾਗੇ ਹੋਏ ਦੀ ਸੰਗਤ ਕਰਨੀ ਪਏਗੀ, ਫਿਰ ਸਾਡਾ ਮਨ ਜਾਗੇਗਾ। ਅਤੇ ਜੇ ਸੁੱਤੇ ਹੋਏ ਮਨ ਵਾਲੇ ਪੁਰਸ਼ ਦੀ ਸੰਗਤ ਕਰਾਂਗੇ, ਫਿਰ ਵੀ ਸਾਡਾ ਮਨ ਜਾਗ ਨਹੀਂ ਸਕਦਾ। ਮਹਾਰਾਜ ਸਾਹਿਬ ਕਿਰਪਾ ਕਰਨ, ਸਤਿਗੁਰੂ ਕਹਿਣ ਲੱਗੇ, ਉਹ ਭਾਈ ਸਰੀਰ ਵਿੱਚੋਂ ਆਤਮਾ ਨਿਕਲ ਚੱਲੀ 'ਚ, ਸਮਾਂ ਨੇੜੇ ਹੈ, ਮੌਤ ਸਿਰ 'ਤੇ ਆ ਕੇ ਖਲੋਤੀ ਹੈ, ਭਾਈ ਅਜੇ ਵੀ ਸਮਾਂ ਹੈ, ਜਾਗ ਜਾਓ, ਨਹੀਂ ਤਾਂ ਬਾਅਦ ਵਿੱਚ ਸਿਮਰਨ ਭਜਨ ਕਰਨ ਦਾ ਸਮਾਂ ਹੀ ਨਹੀਂ ਮਿਲਣਾ। ਜਾਗੋ ਸੁੱਤੇ ਹੋ, 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 ਚੱਲਿਆ ਵਣਜਾਰਾ, 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 ਜਾਗੋ ਸੁੱਤੇ ਹੋ, ਚੱਲਿਆ ਵਣਜਾਰਾ। ਸਮਾਂ ਲੰਘਦਾ ਜਾ ਰਿਹਾ, ਮਹਾਰਾਜ ਕਿਰਪਾ ਕਰਨ, ਸਾਧ ਸੰਗਤ ਜੀ ਅਸੀਂ ਜਾਗ ਜਾਈਏ, ਜਾਗ ਜਾਈਏ, ਸਿਮਰਨ ਭਜਨ ਦਇਆ ਸ਼ੁਭ ਗੁਣ ਸਾਡੇ ਹਿਰਦੇ ਵਿੱਚ ਆ ਜਾਣ, ਕਿਤੇ ਸਾਡਾ ਵੀ ਜਨਮ ਸਫਲਾ ਹੋ ਜਾਵੇ, ਭੁੱਲਾਂ ਚੁੱਕਾਂ ਦੀ ਖਿਮਾ। ਸਤਿਕਾਰਯੋਗ ਬੀਬਾ ਹਰਪ੍ਰੀਤ ਕੌਰ ਜੀ, ਸਤਿਕਾਰਯੋਗ ਮਾਤਾ ਹਰਪ੍ਰੀਤ ਕੌਰ ਜੀ, ਉਹ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਇੰਗਲੈਂਡ ਤੋਂ ਆਏ ਹੈ, ਬਹੁਤ ਬਹੁਤ ਉਹਨਾਂ ਨੂੰ ਜੀ ਆਇਆਂ ਨੂੰ। ਮਹਾਰਾਜ ਕਿਰਪਾ ਕਰਨ, ਜਿਵੇਂ ਮਹਾਰਾਜ ਕਹਿ ਰਹੇ, ਕੇਵਲ ਅਹਿਮਦਾਬਾਦ ਵਾਲਿਆਂ ਵਾਸਤੇ ਨਹੀਂ ਹੈ, ਸਾਡੇ ਵਾਸਤੇ ਵੀ ਉਪਦੇਸ਼ ਬਰਾਬਰ ਹੀ ਹੈ। ਸਾਧ ਸੰਗਤ ਜੀ, ਮਨ ਜਾਗ ਜਾਏ, ਇਹ ਨਾ ਹੋਵੇ ਅੰਤਮ ਸਵਾਸ ਆ ਜਾਣ, ਮਨ ਜਾਗੇ ਹੀ ਨਾ, ਜਿਹੜਾ ਵਪਾਰ ਕਰਨ ਆਏ ਉਹ ਹੋ ਹੀ ਨਾ ਸਕੇ ਜੀ। ਮਹਾਰਾਜ ਸਾਹਿਬ ਸਾਡੇ 'ਤੇ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਦੋ